ਭਾਰਤ ਤੇ ਖਾਸ ਕਰਕੇ ਪੰਜਾਬ ਕਿਸੇ ਵੀ ਖੇਤਰ ਦੇ ਵਿੱਚ ਜਦੋਂ ਅਸੀਂ ਡੀਪਲੀ ਜਾਂਦੇ ਹਾਂ ਉਹਦਾ ਅਨਾਲਿਸਿਸ ਕਰਦੇ ਹਾਂ ਤੇ ਅੱਜ ਦੀ ਡੇਟ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜਾ ਪੋਲੂਸ਼ਨ ਹੈਗਾ ਬਹੁਤ ਜ਼ਿਆਦਾ ਫੈਲਿਆ ਹੋਇਆ। ਪੋਲੂਸ਼ਨ ਕੇਵਲ ਧਰਤੀ ਦੇ ਵਿੱਚ, ਪਾਣੀ ਦੇ ਵਿੱਚ, ਹਵਾ ਦੇ ਵਿੱਚ ਵੀ ਨਹੀਂ, ਇਹ ਕਾਰੋਬਾਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਘੁਸਪੈਠ ਕਰ ਗਿਆ। ਖਾਸ ਤੌਰ ਤੇ ਜਦੋਂ ਅਸੀਂ ਇਮੀਗ੍ਰੇਸ਼ਨ ਇੰਡਸਟਰੀ ਦੀ ਗੱਲ ਕਰਦੇ ਹਾਂ, ਆਵਾਸ ਪ੍ਰਵਾਸ ਦੀ ਗੱਲ ਕਰਦੇ ਹਾਂ, ਤਾਂ ਇੰਨਾ ਕੁ ਪੋਲੂਸ਼ਨ ਨੇ ਉਹ ਚੰਗੀਆਂ ਚੀਜ਼ਾਂ ਜਿਹੜੀਆਂ ਨੇ ਦੱਬ ਲਈਆਂ ਨੇ, ਇੰਨੀਆਂ ਕੁ ਪਰਤਾਂ ਪੈਦਾ ਹੋ ਗਈਆਂ ਨੇ ਕਿ ਇੱਕ ਆਮ ਵਿਦਿਆਰਥੀ ਨੂੰ ਕਿਸੇ ਦੇਸ਼ ਦੇ ਰੂਲ ਜਾਣਨ ਵਾਸਤੇ ਬਹੁਤ ਡੀਪਲੀ ਜਾਣਾ ਪੈਂਦਾ, ਬਹੁਤ ਸੰਘਰਸ਼ ਕਰਨਾ ਪੈਂਦਾ, ਬਹੁਤ ਤਰੱਦਤ ਤੇ ਮਿਹਨਤ ਕਰਨੀ ਪੈਂਦੀ ਕਿ ਮੈਂ ਕਿਹੜੇ ਦੇਸ਼ ਦੇ ਵਿੱਚ ਚੱਲਿਆ, ਉਹਦੇ ਰੂਲ ਐਂਡ ਰੈਗੂਲੇਸ਼ਨ ਕੀ ਹੋਣਗੇ, ਮੇਰਾ ਫਿਊਚਰ ਪਲਾਨਿੰਗ ਕੀ ਹੋਏਗੀ। ਸੋ ਅੱਜ ਦਾ ਸ਼ੋਅ ਜਿਹੜਾ ਹੈਗਾ ਇਸੇ ਤਰ੍ਹਾਂ ਦੀਆਂ ਜਿਹੜੀਆਂ ਇੱਕ ਸਮੱਸਿਆਵਾਂ ਨੇ ਅੱਜ ਦੀ ਡੇਟ ਦੇ ਵਿੱਚ, ਖਾਸ ਤੌਰ ਤੇ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਜਿਹੜੇ ਵਿਦਿਆਰਥੀ ਬੈਠੇ ਨੇ, ਵਿਦੇਸ਼ਾਂ ਦੇ ਵਿੱਚ ਜਾਣ ਦੇ ਚਾਹਵਾਨ ਨੇ, ਵਿਸ਼ੇਸ਼ ਤੌਰ ਤੇ ਆਸਟ੍ਰੇਲੀਆ ਜਾਣ ਦੇ ਚਾਹਵਾਨ ਨੇ ਜਾਂ ਨਿਊਜ਼ੀਲੈਂਡ ਜਾਣ ਦੇ ਚਾਹਵਾਨ ਨੇ, ਉਹਨਾਂ ਲਈ ਬਹੁਤ ਸਾਰੀਆਂ ਦਰਪੇਸ਼ ਜਿਹੜੀਆਂ ਚੁਣੌਤੀਆਂ ਨੇ ਸਾਹਮਣੇ ਆ ਜਾਂਦੀਆਂ ਨੇ। ਸੋ ਅੱਜ ਦਾ ਸ਼ੋਅ ਡੈਡੀਕੇਟਡ ਨਿਊਜ਼ੀਲੈਂਡ ਵਾਲੇ ਵਿਦਿਆਰਥੀ ਨੂੰ ਇਸ ਕਰਕੇ ਕਰ ਰਹੇ ਹਾਂ ਕਿ ਉਹਨਾਂ ਪਰਤਾਂ ਨੂੰ, ਉਸ ਪੋਲੂਸ਼ਨ ਨੂੰ ਹਟਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਕਿ ਵਿਦਿਆਰਥੀ ਨੂੰ ਹਮੇਸ਼ਾ ਹੀ ਇਸ ਚੀਜ਼ ਲਈ ਤੰਗ ਕਰਦਾ ਰਿਹਾ, ਪਰੇਸ਼ਾਨ ਕਰਦਾ ਰਿਹਾ ਕਿ ਉਹਨਾਂ ਨੂੰ ਇੱਕ ਪਾਰਦਰਸ਼ਤਾ ਦੇ ਨਾਲ ਨਿਊਜ਼ੀਲੈਂਡ ਦੀ ਜਿਹੜੀ ਤਸਵੀਰ ਹੈ, ਸਹੀ ਤਸਵੀਰ ਹੈ, ਉਹ ਕਦੇ ਪੇਸ਼ ਨਹੀਂ ਹੋ ਪਾਈ। ਇਸ ਕਰਕੇ ਅਸੀਂ ਸ਼ੋਅ ਨੂੰ ਵਾਰ ਵਾਰ ਐਮਫਾਸਿਸ ਕਰ ਰਹੇ ਹਾਂ ਕਿ ਪਰਤਾਂ ਹਟਾਊਗਾ, ਕਿਉਂਕਿ ਪਰਤਾਂ ਹਟਾਉਣ ਵਾਸਤੇ ਸਾਨੂੰ ਐਕਸਪਰਟਸ ਦੀ ਜ਼ਰੂਰਤ ਹੁੰਦੀ ਹੈ, ਜਿਹੜੇ ਕਿ NZSA ਦੇ ਮੈਂਬਰ ਹੋਣ, ਜਿਹੜੇ ਕਿ ਸਪੈਸ਼ਲਿਸਟ ਹੋਣ ਉਸ ਦੇਸ਼ ਦੇ, ਜਿਨ੍ਹਾਂ ਦੇ ਕੋਲ ਇੱਕ ਚੰਗਾ ਸਟਾਫ ਅਤੇ ਚੰਗਾ ਇੱਕ ਤਜ਼ਰਬਾ ਹੋਵੇ। ਸੋ ਮਿਡਵੇ ਤੋਂ ਉਹਨਾਂ ਦੇ ਡਾਇਰੈਕਟਰ ਨੇ ਜਿਹੜੇ ਜਗਜੀਤ ਸਿੰਘ ਦੀ ਸਾਡੇ ਨਾਲ ਅੱਜ ਜੁੜੇ ਹੋਏ ਨੇ, ਬਹੁਤ ਸਾਰੀਆਂ ਅਹਿਮ ਗੱਲਾਂ ਕਰਾਂਗੇ ਨਿਊਜ਼ੀਲੈਂਡ ਬਾਰੇ। ਤੁਸੀਂ ਸਾਡੇ ਨਾਲ ਲਗਾਤਾਰ 8:30 ਤੋਂ 9 ਵਜੇ ਤੱਕ ਜੁੜੇ ਰਹਿਣਾ। ਸਵਾਗਤ ਹੈ ਜੀ ਤੁਹਾਡਾ, ਬਹੁਤ 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 ਵਧਾਈ। ਆਫ ਦਾ ਰਿਕਾਰਡ ਅਸੀਂ ਗੱਲ ਕਰ ਰਹੇ ਸੀ ਕਿ ਮਿਡਵੇ ਨੂੰ ਟੌਪ 10 ਦਾ ਜਿਹੜਾ ਅਵਾਰਡ ਮਿਲਿਆ, ਸੋ ਬਹੁਤ ਬਹੁਤ ਮੁਬਾਰਕਾਂ। ਇਸ ਅਵਾਰਡ ਵਾਲੇ ਮੈਂ ਥੋੜਾ ਜਿਹਾ ਡੀਪਲੀ ਜਾਣਨਾ ਚਾਹੂੰਗਾ, ਇਹਨੂੰ ਆਰਗੇਨਾਈਜ਼ ਕੌਣ ਕਰਦਾ ਤੇ ਇਹਦੇ ਪਿੱਛੇ ਕੀ ਹੁੰਦਾ, ਕਿਸ ਕੀ ਪੈਰਾਮੀਟਰ ਕੀ ਹੁੰਦੇ ਨੇ ਇਹਦੇ? ਰਣਵੀਰ ਜੀ, ਕੱਲ ਹੀ ਅਨਾਊਂਸਮੈਂਟ ਇੱਕ ਹੋਈ ਹੈ, ਇੱਕ ਐਜੂਕੇਸ਼ਨ ਨਿਊਜ਼ੀਲੈਂਡ ਆ ਜਿਹੜੀ ਕਿ ਗਵਰਨਮੈਂਟ ਏਜੰਸੀ ਆ ਜੋ ਪ੍ਰਮੋਟ ਕਰਦੀ ਹੈ ਨਿਊਜ਼ੀਲੈਂਡ ਐਜੂਕੇਸ਼ਨ ਨੂੰ ਇੰਡੀਆ ਵਿੱਚ ਔਰ ਵਰਲਡ, ਆਲ ਓਵਰ ਵਰਲਡ। ਉਹਨਾਂ ਨੇ ਇੱਕ ਅਨਾਊਂਸਮੈਂਟ ਕੀਤੀ ਹੈ ਕਿ ਉਹਨਾਂ ਨੇ ਇੰਡੀਆ ਵਿੱਚ 10 ਏਜੰਟਸ, ਟੌਪ 10 ਏਜੰਟ ਸ਼ਾਰਟਲਿਸਟਡ ਕੀਤੇ ਨੇ, ਉਹਦੇ ਵਿੱਚ ਸਾਨੂੰ ਪੂਰੇ ਇੰਡੀਆ ਦੇ ਵਿੱਚ ਟੌਪ ਹਾਂ, ਉਹਦੇ ਵਿੱਚ ਮਿਡਵੇ ਦਾ ਨਾਮ ਆਇਆ ਔਰ ਮਿਡਵੇ ਨੂੰ ਉਹਨਾਂ ਨੇ ਸਿਲੈਕਟ ਕੀਤਾ। ਇਹਦੀ ਜਿਹੜੀ ਅਸੈਸਮੈਂਟ ਕ੍ਰਾਈਟੇਰੀਆ ਹੈ, ਇਹ ਟੋਟਲ ਨੰਬਰਸ ਜਿਹੜੇ ਹੁੰਦੇ ਨੇ ਪਲੱਸ ਸਕਸੈਸ ਰੇਟ, ਵੀਜ਼ਾ ਸਕਸੈਸ ਰੇਟ, ਇਹ ਦੋਨਾਂ ਨੂੰ ਇਹ ਕੰਬਾਈਨ ਕਰਕੇ ਉਹ ਸਿਲੈਕਸ਼ਨ ਪ੍ਰੋਸੀਜਰ ਹੈ ਇਹਨਾਂ ਦਾ। ਤਾਂ ਉਹਦੇ ਵਿੱਚ ਕੱਲ ਇੱਕ ਅਨਾਊਂਸਮੈਂਟ ਹੋਈ ਹੈ, ਗਿਣਤੀ ਤੇ ਗੁਣਵੱਤਾ ਦੋ ਚੀਜ਼ਾਂ ਦਾ ਦੱਸ ਰਿਹਾ ਹੈ, ਕਿੰਨੀ ਐਪਲੀਕੇਸ਼ਨ ਐਪਲੀਕੇਸ਼ਨ ਦੀ ਟੋਟਲ ਲੌਂਚ ਕਰ ਰਹੇ, ਉਹਦੇ ਵਿੱਚ ਕੀ ਤੁਹਾਡੀ ਸਕਸੈਸ ਰੇਟ, ਉਹ ਦੋਨਾਂ ਨੂੰ ਉਹਨਾਂ ਨੇ ਅਸੈਸ ਕਰਕੇ ਕੱਲ ਮਿਡਵੇ ਨੂੰ ਇਹਨਾਂ ਨੇ ਟੌਪ 10 ਵਿੱਚ ਕਾਉਂਟ ਕੀਤਾ। ਅੱਛਾ, ਇੱਥੇ ਤੱਕ ਪਹੁੰਚਣ ਲਈ ਜੇ ਆਪਾਂ ਥੋੜਾ ਜਿਹਾ ਇੱਕ ਮਿੰਟ ਲਈ ਹਿਸਟਰੀ ਵੱਲ ਮੈਂ ਜਾਵਾਂਗਾ, ਬਹੁਤ ਸਾਰਾ ਇਸ ਇੰਡਸਟਰੀ 'ਚ ਇੱਕ ਕਾਰੋਬਾਰ 'ਚ ਜਿਹੜੀ ਚਿਣਗ ਲੱਗੀ ਹੋਈ ਕਿ ਪੈਸਾ ਕਮਾਉਣਾ, ਇੱਧਰ ਨੂੰ ਬਹੁਤ ਘੱਟ ਕੰਪਨੀਜ਼ ਦਾ ਧਿਆਨ ਹੁੰਦਾ ਕਿ ਆਪਣੇ ਆਪ ਨੂੰ ਉਸ ਮੁਕਾਮ ਤੇ ਵੀ ਲੈ ਕੇ ਜਾਣਾ ਕਿ ਕਦੇ ਅਵਾਰਡ ਮਿਲੂਗਾ, ਬਹੁਤ ਘੱਟ ਨੇ ਜਿਹਨਾਂ ਨੂੰ ਮਿਲਦਾ। ਇਸ ਚੀਜ਼ ਨੂੰ ਮੇਨਟੇਨ ਕਰਨ ਲਈ ਕਿਹੜਾ ਸੈਕਰੀਫਾਈਸ ਕਰਨਾ ਪੈਂਦਾ, ਕਿਹੜਾ ਬਲੀਦਾਨ ਦੇਣਾ ਪੈਂਦਾ? ਦੇਖੋ ਰਣਵੀਰ ਜੀ, ਬਹੁਤ ਸਾਰਾ ਇਹਦੇ ਵਿੱਚ ਪਲੈਨਿੰਗ ਚਾਹੀਦੀ ਹੈ, ਕਾਫੀ ਮਿਹਨਤ ਚਾਹੀਦੀ ਹੈ ਇਸ ਪ੍ਰੋਸੈਸ ਨੂੰ ਔਰ ਇਸ ਮੁਕਾਮ ਤੱਕ ਪਹੁੰਚਣ ਵਾਸਤੇ। ਸਾਡੇ ਕੋਲ ਜਿਹੜੇ ਕਾਉਂਸਲਰਸ ਹੈਗੇ ਨੇ ਉਹ ਪ੍ਰੋਪਰਲੀ ਟ੍ਰੇਨਡ ਹੈਗੇ। ਪਰਸਨਲੀ ਮੈਂ ਜੋ ਦਿੱਲੀ ਆਫਿਸ ਤੇ ਬੈਠਦਾ, ਮੈਂ ਸਾਰੇ ਜਿੰਨੇ ਵੀ ਐਪਲੀਕੇਸ਼ਨਸ ਪ੍ਰੋਸੈਸ ਹੁੰਦੀ ਹੈ ਆਲ ਓਵਰ ਇੰਡੀਆ ਤੋਂ, ਜਿੰਨੇ ਵੀ ਪ੍ਰੋਸੈਸ ਹੁੰਦੀ ਹੈ ਉਹ ਸਾਰੀ ਮੋਨੀਟਰਡ ਹੁੰਦੀ ਹੈ ਦਿੱਲੀ ਆਫਿਸ ਤੋਂ। ਇਨਫੈਕਟ ਜਿੰਨੀ ਵੀ ਐਪਲੀਕੇਸ਼ਨ ਇਮੀਗ੍ਰੇਸ਼ਨ ਨਿਊਜ਼ੀਲੈਂਡ ਤੇ ਵੀਜ਼ਾ ਵਾਸਤੇ ਲੌਜ ਹੁੰਦੀ ਹੈ ਉਹ ਸਾਰੀ ਪਰਸਨਲੀ ਮੋਨੀਟਰਡ ਬਾਈ ਮੀ, ਸਾਰੀ ਮੈਂ ਮੋਨੀਟਰ ਕਰਦਾ ਸਾਰੀ ਐਪਲੀਕੇਸ਼ਨ, ਦੇ ਹੈਵ ਟੂ ਗੋ ਥਰੂ ਮਾਈ ਡੈਸਕ। ਸਭ ਤੋਂ ਵੱਡਾ ਪਲੱਸ ਵੀ ਹੈਵ ਗੋਟ ਸੈਪਰੇਟ ਡੈਸਕ, ਇੱਕ ਸੈਪਰੇਟ ਡੈਸਕ ਆ ਸਾਡੇ ਕੋਲ ਜਿਹੜਾ ਵੀਜ਼ਾ ਆਫੀਸਰਸ ਹੈ, ਇੱਕ ਸਾਡੇ ਆਪਣੇ ਵੀ ਵੀਜ਼ਾ ਆਫੀਸਰਸ ਨੇ ਜਿਹੜੇ ਸਾਰੇ ਡਾਕੂਮੈਂਟਸ ਦੀ ਵੈਰੀਫਿਕੇਸ਼ਨਸ ਕਰਦੇ ਸਟਾਰਟਿੰਗ ਫਰੋਮ 10th ਟੂ ਹੁਣ ਤੱਕ। ਸਿਰਫ ਅਕੈਡਮਿਕ ਨਹੀਂ, ਉਹਦੇ ਵੈਰੀਫਿਕੇਸ਼ਨ ਡਾਕੂਮੈਂਟਸ ਵੀ, ਵੈਰੀਫਿਕੇਸ਼ਨ ਡਾਕੂਮੈਂਟਸ ਵੈਰੀਫਾਈ ਕਰਨਾ ਬਹੁਤ ਮੁਸ਼ਕਿਲ ਅੱਜ ਕੱਲ ਪੰਜਾਬ ਤੇ, ਤੁਹਾਨੂੰ ਪਤਾ ਉਹਦਾ ਵੀ ਇੱਕ ਸੈਪਰੇਟ ਪ੍ਰੋਸੈਸ ਆ। ਉਹ ਸਾਨੂੰ ਉਹਦੀ ਜਿਹੜੀ ਟ੍ਰੇਨਿੰਗ ਆ ਉਹ ਸਾਨੂੰ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਦਿੱਤੀ ਹੋਈ ਹੈ। ਓਕੇ, ਕਿਵੇਂ ਵੈਰੀਫਿਕੇਸ਼ਨ ਕਰਨੀ, ਕਿਵੇਂ ਵੈਰੀਫਿਕੇਸ਼ਨ, ਕਿਹੜੀ ਵੈਰੀਫਿਕੇਸ਼ਨ, ਕਿਸ ਟਾਈਪ ਦੀ ਵੈਰੀਫਿਕੇਸ਼ਨ ਐਕਸੈਪਟਡ ਆ। ਹੁਣ ਤੁਸੀਂ ਫੋਨ ਕਰਕੇ ਲੈਟਰ ਹੈਡ ਤੇ ਕਿਸੇ ਨੂੰ ਵੈਰੀਫਾਈ ਤਾਂ ਕੋਈ ਵੀ ਕਰ ਸਕਦਾ, ਉਹਦਾ ਇੱਕ ਪ੍ਰੋਸੈਸ ਹੁੰਦਾ ਕਿਵੇਂ ਵੈਰੀਫਿਕੇਸ਼ਨ ਕਰਨਾ ਇੱਕ ਡਾਕੂਮੈਂਟ ਨੂੰ, ਉਹਦੀ ਵੀ ਟ੍ਰੇਨਿੰਗ ਸਾਨੂੰ ਮਿਲੀ ਹੋਈ ਹੈ। ਤਾਂ ਜਦੋਂ ਅਸੀਂ ਅਕੈਡਮਿਕ ਉਹਦੀ ਫਾਈਨੈਂਸ਼ੀਅਲਸ, ਉਹਦੀ ਐਕਸਪੀਰੀਅੰਸ ਨੂੰ ਵੈਰੀਫਾਈ ਕਰਦੇ ਹਾਂ ਉਸ ਤਰੀਕੇ ਨਾਲ, ਇਮੀਗ੍ਰੇਸ਼ਨ ਨਿਊਜ਼ੀਲੈਂਡ ਜਦ ਉਹਨਾਂ ਕੋਲ ਵੀਜ਼ਾ ਫਾਈਲ ਆਉਂਦੀ ਹੈ ਉਹ ਦੇਖਦੇ ਵੀ ਇਹ ਸਭ ਤੋਂ ਪਹਿਲਾਂ ਕੰਮ ਜਿਹੜਾ ਮੈਂ ਅੰਦਰ ਕਰਨਾ ਹੈ ਉਹ ਪਹਿਲਾਂ ਹੀ ਹੋ ਚੁੱਕਿਆ ਕੰਮ, ਉਹਦੇ ਤੇ ਜਿਹੜਾ ਉਹਨੂੰ ਵੀਜ਼ਾ ਡਿਸੀਜਨ ਜਿਹੜਾ ਦੇਣਾ ਹੈ ਮੈਡੀਕਲ ਕੀ ਹੈ, PCCA ਦਾ ਰਾਈਟ ਨੀ ਹੈ, ਉਹਨਾਂ ਨੇ ਪ੍ਰੋਸੈਸ ਅਗਰ ਫਾਲੋ ਕੀਤਾ, ਫੋਰ ਐਗਜ਼ਾਮਪਲ ਬੈਂਕ ਲੋਨ, ਕਿਸੇ ਦਾ ਐਜੂਕੇਸ਼ਨ ਲੋਨ ਆ, ਹੁਣ ਇਮੀਗ੍ਰੇਸ਼ਨ ਆਫਿਸਰ ਜਿਹਨੂੰ ਇੰਨੀ ਸਾਰੀ ਫਾਈਲਾਂ ਆਉਂਦੀਆਂ ਉਹਦੇ ਕੋਲ ਇੰਨਾ ਟਾਈਮ ਕਈ ਵਾਰ ਨਹੀਂ ਹੁੰਦਾ ਕਿ ਹਰ ਚੀਜ਼ ਨੂੰ ਵੈਰੀਫਾਈ ਕਰੇ, ਉਹ ਟਰੱਸਟ ਕਰਦਾ ਕਿ ਹਾਂ ਇਹ ਜਿਹੜੇ ਮੈਂਬਰ ਆ ਇਹ ਸਾਡੇ ਕੋਲ ਆਇਆ, ਹਾਂ ਇਹ ਕਾਫੀ 6 ਸਾਲ ਤੋਂ ਸਾਡੇ ਨਾਲ ਕੰਮ ਕਰ ਰਿਹਾ,
ਆਮ ਦੇਸ਼ਾਂ ਦੇ ਵਿੱਚ ਆਮ ਏਜੰਟ ਕੰਮ ਕਰੀ ਜਾਂਦਾ ਉੱਥੇ ਕੋਈ ਇਸ ਤਰ੍ਹਾਂ ਦਾ ਇੱਕ ਪੈਰਾਮੀਟਰ ਨਹੀਂ ਬਣਾਇਆ ਕੋਈ ਦੀਵਾਰ ਨਹੀਂ ਖੜੀ ਕੀਤੀ ਗਈ ਕਿ ਸਾਡੇ ਇਹ NZSA ਮੈਂਬਰ ਨੇ ਜਾਂ ਫਲਾਣੇ ਨੇ ਜਾਂ ਟਿਮਕੇ ਨੇ ਕਿਸੇ ਤਰ੍ਹਾਂ ਦਾ ਕੋਈ ਨਾਮ ਨਹੀਂ ਸਿਰਫ ਕਿ ਨਿਊਜ਼ੀਲੈਂਡ ਨੂੰ ਛੱਡ ਕੇ ਇਹਦੇ ਪਿੱਛੇ ਕੀ ਕਾਰਨ ਰਿਹਾ ਕਿ ਜ਼ਰੂਰਤ ਪਈ ਸੀਗੀ ਕੋਈ ਜ਼ਿਆਦਾ ਘਪਲੇਬਾਜ਼ੀ ਸ਼ੁਰੂ ਹੋ ਗਈ ਸੀ ਜਾਂ ਉਹਨਾਂ ਦਾ ਇੱਕ ਸਿਸਟਮ ਵੱਖਰਾ ਸੀ ਕਿ ਅਸੀਂ ਆਪਣੇ ਵੱਲੋਂ 10 ਜਾਂ 15 ਜਿਹੜੇ ਬੰਦੇ ਰਿਕਰੂਟ ਕਰਨੇ ਇੰਡੀਆ 'ਚ ਉਹਨਾਂ ਨੂੰ ਅਥਾਰਟੀ ਦੇਈਏ ਸੀ ਇਹਦੇ ਵਿੱਚ ਤੁਸੀਂ ਦੇਖਿਆ ਹੀ ਹੋਏਗਾ ਬਾਕੀ ਕੰਟਰੀਆਂ ਜਿਵੇਂ ਏਜੰਟ ਆਪਰੇਟ ਕਰਦੇ ਇਹਨਾਂ ਦਾ ਕੋਈ ਮੋਨੀਟਰਿੰਗ ਏਜੰਸੀ ਹੈ ਨਹੀਂ ਜੋ ਵੀ ਡਾਕੂਮੈਂਟ ਪਿਆ ਉਹਨਾਂ ਦਾ ਕੰਮ ਸਿਰਫ ਆ ਕਿ ਡਾਕੂਮੈਂਟ ਕਲੈਕਟ ਕੀਤੇ ਫੰਡ ਸ਼ੋਅ ਕੀਤੇ ਔਰ ਵੀਜ਼ਾ ਅਪਲਾਈ ਕਰਦਾ ਨਾ ਉਹ ਕੋਈ ਰਿਸਪੋਂਸਿਬਿਲਿਟੀ ਲੈਂਦੇ ਨਾ ਉਹਨਾਂ ਦਾ ਕੋਈ ਓਨਰਸ ਆ ਨਾ ਅੱਗੇ ਉਹਨਾਂ ਦਾ ਕੋਈ ਜ਼ਿੰਮੇਵਾਰੀ ਹੈ ਹੁਣ ਫੋਰ ਐਗਜ਼ਾਮਪਲ ਟਾਪ 10 ਏਜੰਟਸ ਅਗਰ ਇਹਨਾਂ ਨੇ ਮਿਡਵੇ ਨੂੰ ਅਨਾਊਂਸ ਕੀਤਾ ਹੈ ਉਹਦੇ 'ਚ ਜ਼ਿੰਮੇਵਾਰੀ ਸਾਡੀ ਵੀ ਬਣਦੀ ਹੈ ਇਹਨੂੰ ਮੇਨਟੇਨ ਰੱਖੀਏ ਤੇ ਐਕਸਪੈਕਟੇਸ਼ਨ ਇੱਕ ਉਹਨਾਂ ਨੇ ਸਾਡੇ ਉੱਪਰ ਰੱਖੀ ਹੈ ਕਿ ਭਈਆ ਇਹ ਜੋ ਕੰਮ ਕਰਨਗੇ ਇਹ ਸਹੀ ਕੰਮ ਕਰਨਗੇ ਉਸ ਪ੍ਰੋਸੈਸ ਨੂੰ ਆ ਉਸ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਤੁਹਾਡੇ ਕੋਲ ਕੀ ਯਾਰਡ ਸਟਿਕਸ ਨੇ ਔਰ ਕਿਵੇਂ ਤੁਸੀਂ ਮੇਨਟੇਨ ਕਰਦੇ ਹੋ ਉਹਦੇ ਵਾਸਤੇ ਇੱਕ ਬਹੁਤ ਕਾਫੀ ਮੈਂ ਜਿਵੇਂ ਕਿਹਾ ਮੈਨ ਪਾਵਰ ਚਾਹੀਦੀ ਹੈ ਟ੍ਰੇਨਡ ਮੈਨ ਪਾਵਰ ਚਾਹੀਦੀ ਹੈ ਠੀਕ ਹੈ ਤੁਹਾਡੇ ਬਹੁਤ ਵੱਡਾ ਇੱਕ ਮੈਨ ਪਾਵਰ ਜਿਹਦੀ ਇੰਡਸਟਰੀ ਦਾ ਇਸ ਕਰਕੇ ਤੁਹਾਨੂੰ ਰੋਕ ਰਿਹਾ ਹਾਂਜੀ ਕਿ ਇੰਡਸਟਰੀ ਸਿਰਫ ਇੱਕ ਪੈਸੇ ਵਾਲੀ ਇੰਡਸਟਰੀ ਬਣ ਗਈ ਪੈਸਾ ਕਮਾਓ ਹਾਂਜੀ ਇੱਥੇ 10ਵੀਂ ਤੇ 12ਵੀਂ ਵਾਲੀਆਂ ਕੁੜੀਆਂ ਮੈਂ ਕਿਸੇ ਨੂੰ ਨਿੰਦ ਨਹੀਂ ਰਿਹਾ ਹਾਂਜੀ ਬਿਨਾਂ ਟ੍ਰੇਨਡ ਕਾਉਂਸਲਰ ਬੈਠੇ ਨੇ ਜਿਹੜੇ ਕਿ ਕਿਸੇ ਵਿਦਿਆਰਥੀ ਦੀ ਜ਼ਿੰਦਗੀ ਖਰਾਬ ਕਰ ਹਾਂਜੀ 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 ਠੀਕ ਹੈ ਨਾ ਸੋ NZSA ਮੈਂਬਰ ਨੂੰ ਇਹ ਇਸ ਚੀਜ਼ ਦੀ ਇੱਕ ਅਥਾਰਟੀ ਹੈ ਇਸ ਚੀਜ਼ ਦੀ ਟ੍ਰੇਨਿੰਗ ਹੈ ਕਿ ਆਪਣਾ ਜਿਹੜਾ ਸਟਾਫ ਹੈ ਵੈਲ ਟ੍ਰੇਨਡ ਤੁਸੀਂ ਕਰਨਾ ਪਹਿਲਾਂ ਤੁਹਾਨੂੰ ਉਸ ਚੀਜ਼ ਦੀ ਟ੍ਰੇਨਿੰਗ ਮਿਲਦੀ ਹੈ ਤੁਹਾਡਾ ਕਹਿਣ ਦਾ ਭਾਵ ਇਹ ਹੈਗਾ ਅੱਛਾ ਵਿਦਿਆਰਥੀ ਲਈ ਜਦੋਂ ਉਸ ਮੁਕਾਮ ਤੇ ਅਸੀਂ ਖੜੇ ਹੋ ਜਾਂਦੇ ਇੱਕ ਵਿਦਿਆਰਥੀ ਚੂਜ਼ ਕਰਦਾ ਨਿਊਜ਼ੀਲੈਂਡ ਜਾਣ ਲਈ ਇੱਕ ਏਜੰਟਸ ਨਾਰਮਲ ਏਜੰਟਸ ਇੱਕ ਉਹਨੂੰ ਜਿਹੜਾ ਹੈਗਾ ਚੰਗੀ ਕਿਸਮਤ ਨੂੰ ਉਹ ਆਪਣਾ ਜਿਹੜਾ NZSA ਚੂਜ਼ ਕਰ ਲੈਂਦਾ ਕੀ ਫਰਕ ਰਹਿੰਦਾ ਦੋਵੇਂ ਫਾਈਲਾਂ ਦੇ ਵਿੱਚ ਸੀ NZSA ਦਾ ਹੁਣ ਜਿਹੜਾ ਇੱਕ ਪ੍ਰਾਇੋਰਟੀ ਵੀਜ਼ਾ ਪ੍ਰੋਸੈਸਿੰਗ ਵੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਦਿੰਦੀ ਹੈ ਠੀਕ ਹੈ ਪ੍ਰਾਇੋਰਟੀ ਵੀਜ਼ਾ ਪ੍ਰੋਸੈਸਿੰਗ ਉਹਦੇ ਵਿੱਚ ਫਾਈਲਾਂ ਜਿਹੜੀਆਂ ਜਿਵੇਂ ਮੈਂ ਕਿਹਾ ਕਿ ਇੱਕ ਜਦੋਂ ਇੱਕ ਵੀਜ਼ਾ ਆਫਿਸਰ ਕੋਲ ਜਾਂ ਇਮੀਗ੍ਰੇਸ਼ਨ ਆਫਿਸਰ ਕੋਲ ਇੱਕ ਜੇ ਫਾਈਲ ਆਉਂਦੀ ਹੈ ਉਹ ਦੇਖਦਾ ਹੈ ਕਿ ਮਿਡਵੇ ਤੋਂ ਆ ਜਾਂ NZSA ਮੈਂਬਰ ਕਿਸੇ ਤੋਂ ਆ ਉਹਨੂੰ ਇਹ ਕੰਫੀਡੈਂਸ ਲੈਵਲ ਡਿਵੈਲਪ ਹੋ ਜਾਂਦਾ ਕਿ ਉਹਨਾਂ ਨੇ ਬਾਕੀ ਸਾਰੇ ਕੰਮ ਕੀਤੇ ਹੋਣਗੇ ਤਾਂ ਓਬਵੀਅਸਲੀ ਉਹਦੀ ਅਸੈਸਮੈਂਟ ਜਲਦੀ ਹੋ ਜਾਂਦੀ ਨਾਰਮਲ ਏਜੰਟਸ ਅਗਰ ਜਦੋਂ ਫਾਈਲ ਪਾਉਂਦੇ ਆ ਤੁਸੀਂ ਅਗਰ ਕੰਪੇਅਰ ਕਰੋਗੇ ਤਾਂ ਉਹਨਾਂ ਦਾ ਕਾਫੀ ਟਾਈਮ ਲੱਗਦਾ 1.5 ਤੋਂ 2 ਮਹੀਨੇ ਲੱਗਦੇ ਨੇ ਇਹੀ NZSA ਲਾਂਚ ਕਰੇਗਾ ਤਾਂ ਮੈਨੂੰ ਲੱਗਦਾ ਕਿ 15-20 ਦਿਨ ਚ ਅਸੈਸਮੈਂਟ ਇਹਦੀ ਹੋ ਜਾਂਦੀ ਹੈ ਇੱਕ ਵਿਦਿਆਰਥੀ ਲਈ ਹੋਰ ਬਹੁਤ ਖੁਸ਼ੀ ਵਾਲੀ ਗੱਲ ਇੱਕ ਚੰਗੀ ਅਨਾਊਂਸਮੈਂਟ ਕਰਨ ਲੱਗੇ ਜਿਹੜੇ ਵਿਦਿਆਰਥੀ ਨਿਊਜ਼ੀਲੈਂਡ ਜਾਣ ਦੇ ਚਾਹਵਾਨ ਨੇ ਉਹਨਾਂ ਲਈ ਵਿਸ਼ੇਸ਼ ਤੌਰ ਤੇ ਭਾਰਤ ਦੇ ਵਿੱਚੋਂ ਪੰਜਾਬ ਦਾ ਉਹ ਜਲੰਧਰ ਸ਼ਹਿਰ ਚੁਣਿਆ ਗਿਆ ਜਿੱਥੇ ਇੱਕ ਹੱਬ ਮੰਨੀ ਜਾਂਦੀ ਹੈ ਇਮੀਗ੍ਰੇਸ਼ਨ ਦੀ ਨਿਊਜ਼ੀਲੈਂਡ ਜਾਣ ਵਾਲੇ ਵਿਦਿਆਰਥੀ ਲਈ ਸਭ ਤੋਂ ਖੁਸ਼ੀ ਵਾਲੀ ਗੱਲ ਹੈ ਜਿਨ੍ਹਾਂ ਨੇ ਅੱਜ 6 ਮਹੀਨੇ ਬਾਅਦ ਜਾਂ 1 ਸਾਲ ਬਾਅਦ ਜਾਣਾ ਬਹੁਤ ਵੱਡਾ ਐਜੂਕੇਸ਼ਨ ਜਿਹੜਾ ਫੇਰ ਹੋਣ ਜਾ ਰਿਹਾ ਜਿਹਦੇ ਵਿੱਚ ਮੈਂ ਕਹੂੰਗਾ ਕਿ ਕਿਸੇ ਏਜੰਟਸ ਵੱਲੋਂ ਆਪਣੇ ਆਪ ਨੂੰ ਪ੍ਰਮੋਟ ਕਰਨ ਲਈ ਜਾਂ ਦੇਸ਼ ਨੂੰ ਪ੍ਰਮੋਟ ਕਰਨ ਲਈ ਜਾਂ ਐਜੂਕੇਸ਼ਨ ਪ੍ਰਮੋਟ ਕਰਨ ਲਈ ਨਹੀਂ ਇੱਕ ਅਵੇਅਰਨੈਸ ਨੂੰ ਲੈ ਕੇ ਜਿਹੜਾ ਇੱਕ ਜਿਹੜਾ ਉਪਰਾਲਾ ਕੀਤਾ ਗਿਆ ਇਸ ਉਪਰਾਲੇ ਵਿੱਚ ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਕਿਸੇ ਕੰਪਨੀ ਵੱਲੋਂ ਨਹੀਂ ਜਾਂ ਕਿਸੇ 10 ਕੰਪਨੀਆਂ ਵੱਲੋਂ ਨਹੀਂ ਸਾਂਝੇ ਰੂਪ ਦੇ ਵਿੱਚ ਇੱਕ ਵੱਡਾ ਹੰਭੜਾ ਮਾਰਿਆ ਜਾ ਰਿਹਾ ਸੋ ਮੈਂ ਚਾਹੂੰਗਾ ਇਸਦੀ ਡਿਟੇਲ ਦੇ ਵਿੱਚ ਆਪਾਂ ਜਾਵਾਂਗੇ ਜਿਹੜੀ ਡਿਟੇਲ ਮੈਂ ਥੋੜੀ ਜਿਹੀ ਦੱਸਦਾ ਰਣਵੀਰ ਜੀ ਤੁਹਾਨੂੰ ਇਹ ਐਜੂਕੇਸ਼ਨ ਫੇਅਰ ਇੱਕ ਕੰਬਾਈਂਡ ਇੱਕ ਐਫਰਟ ਆ ਜਿਹੜਾ NZSA ਪੰਜਾਬ ਜਿਹਨੇ ਮੈਂਬਰਸ NZSA ਦੇ ਸਾਰੇ NZSA ਪੰਜਾਬ ਕੰਬਾਈਂਡ ਇੱਕ ਗਰੁੱਪ ਬਣਾ ਕੇ ਪਲੱਸ ਐਜੂਕੇਸ਼ਨ ਨਿਊਜ਼ੀਲੈਂਡ ਜਿਹੜੀ ਗਵਰਨਮੈਂਟ ਏਜੰਸੀ ਹੈ ਉਹ ਇਹਨੂੰ ਸਪਾਂਸਰ ਕਰ ਰਹੀ ਹੈ ਓਕੇ ਜਾਂ ਉਹਦੇ ਵਿੱਚ ਪਾਰਟਿਸਿਪੇਟ ਕਰ ਰਹੀ ਹੈ ਹਾਂਜੀ ਜੀ ਉਹ ਸਪਾਂਸਰਡ ਆ ਬੇਸਿਕਲੀ ਉਹ ਇਹਨੂੰ ਸਾਰਾ ਮੋਨੀਟਰ ਕਰਨਗੇ ਐਜੂਕੇਸ਼ਨ ਨਿਊਜ਼ੀਲੈਂਡ ਪਲੱਸ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੀ ਆਪਣਾ ਇੱਕ ਡੈਸਕ ਖੋਲ ਰਿਹਾ ਇਮੀਗ੍ਰੇਸ਼ਨ ਨਿਊਜ਼ੀਲੈਂਡ ਮਤਲਬ ਵੀਜ਼ਾ ਆਫੀਸਰ ਜਾਂ ਇਮੀਗ੍ਰੇਸ਼ਨ ਮੈਨੇਜਰ ਇੱਕ ਡੈਸਕ ਲੈ ਕੇ ਇੱਥੇ ਅੱਛਾ ਉਹ ਆਪ ਵੀ ਬੈਠਣਗੇ ਹਾਂਜੀ ਹਾਂਜੀ ਉਹ ਕਿਸ ਕਿਸ ਪਰਪਸ ਲਈ ਇਹੀ ਆ ਉਹ ਸਟੂਡੈਂਟਸ ਵਾਸਤੇ ਡਾਇਰੈਕਟ ਇਹ ਜਿਹੜਾ ਐਜੂਕੇਸ਼ਨ ਫੇਅਰ ਆ ਬੇਸਿਕਲੀ ਸਟੂਡੈਂਟ ਵਾਸਤੇ ਆ ਜਿਹੜਾ ਬੱਚਾ ਆਉਂਦਾ ਹੈ ਨਿਊਜ਼ੀਲੈਂਡ ਪੜ੍ਹਨ ਵਾਸਤੇ ਜਾਣਾ ਚਾਹੁੰਦਾ ਹੈ ਉਹਨੂੰ ਬੜੀ ਸਾਰੀ ਕੁਐਰੀਜ਼ ਹੁੰਦੀ ਹੈ ਉਹ ਏਜੰਟ ਨੂੰ ਜਾ ਕੇ ਸਿੱਧਾ ਜਾ ਕੇ ਇਮੀਗ੍ਰੇਸ਼ਨ ਡੈਸਕ ਤੇ ਵੀ ਪੁੱਛ ਸਕਦਾ ਆਪਣੀ ਕੁਐਰੀ ਓਕੇ ਇਸ ਤੋਂ ਅੱਛਾ ਚਾਂਸ ਤਾਂ ਕਦੀ ਵੀ ਅੱਜ ਤੱਕ ਪੰਜਾਬ ਦੇ ਮੈਨੂੰ ਲੱਗਦਾ ਨਹੀਂ ਕਿਸੇ ਸ਼ਹਿਰ 'ਚ ਅੱਜ ਤੱਕ ਨਹੀਂ ਹੋ ਸਕਦਾ ਕਦੀ ਵੀ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਸ਼ਹਿਰ ਤੇ ਅੱਜ ਤੱਕ ਇਹੋ ਜਿਹਾ ਕੋਈ ਇਨੀਸ਼ੀਏਟਿਵ ਹੋਇਆ ਹੋਣਾ ਪਾਰਟਿਕੂਲਰਲੀ ਜਲੰਧਰ ਸਰਕਾਰੀ ਜਲੰਧਰ ਜਿਵੇਂ ਸ਼ਹਿਰ ਤੇ ਹੋਰ ਵੀ ਕਿਸੇ ਕੰਟਰੀ ਦਾ ਮੈਂ ਅੱਜ ਤੱਕ ਨਹੀਂ ਸੁਣਿਆ ਚਾਹੇ ਕੋਈ ਹੋਰ ਕੰਟਰੀ ਵੀ ਹੋਏ ਨਿਊਜ਼ੀਲੈਂਡ ਦੇ ਇਲਾਵਾ ਵੀ ਇਹੋ ਜਿਹਾ ਇਨੀਸ਼ੀਏਟਿਵ ਮੈਨੂੰ ਨਹੀਂ ਲੱਗਦਾ ਕਿ ਜਲੰਧਰ ਤੇ ਅੱਜ ਤੱਕ ਕਦੀ ਵੀ ਦਿੱਤਾ ਹੈ ਮਤਲਬ ਕਰਾ ਜੀ ਜੀ ਕਿ ਲੋਕਾਂ ਨੇ ਸਿਰਫ ਐਡਮਿਸ਼ਨ ਪ੍ਰਾਪਤ ਕਰਨ ਦਾ ਫਾਈਲਾਂ ਖਿੱਚਣ ਲਈ ਫੇਰ ਬਣਾਏ ਜਾਂਦੇ ਨੇ ਵਿਦਿਆਰਥੀਆਂ ਲਈ ਕੁਝ ਨਹੀਂ ਹੁੰਦਾ ਜੇ ਪਹਿਲੇ ਵਾਰੀ ਹੋ ਰਿਹਾ ਕਿ ਬਿਨਾਂ ਕਿਸੇ ਲੋਭ ਲਾਲਚ ਤੋਂ ਵਿਦਿਆਰਥੀ ਨੂੰ ਅਵੇਅਰ ਕਰ ਲਈ ਐਮਬੈਸੀ ਆ ਪਾ ਰਹੀ ਹੈ ਹਾਂਜੀ ਹਾਂਜੀ NZSA ਮੈਂਬਰ ਸਾਰੇ ਆ ਪਾ ਰਹੇ ਨੇ ਐਜੂਕੇਸ਼ਨ ਡਿਪਾਰਟਮੈਂਟ ਐਜੂਕੇਸ਼ਨ ਨਿਊਜ਼ੀਲੈਂਡ ਜਿਹੜੀ ਮਾਰਕੀਟਿੰਗ ਬਾਡੀ ਹੈ ਉਹ ਆ ਰਹੀ ਹੈ ਮਤਲਬ ਪੂਰਾ ਇੱਕ ਜੁਆਇੰਟ ਐਫਰਟ ਆ ਔਰ ਮੈਨੂੰ ਇਹ ਲੱਗਦਾ ਹੈ ਕਿ ਬਹੁਤ ਅੱਛਾ ਇੱਕ ਮੀਟਿੰਗ ਆ ਬਹੁਤ ਅੱਛਾ ਇੱਕ ਫੇਅਰ ਆ ਜਾਂ ਓਕੇਜ਼ਨ ਆ ਜਿੱਥੇ ਨਿਊਜ਼ੀਲੈਂਡ ਹੋਲ ਓਵਰ ਪੰਜਾਬ ਦੇ ਇਹ ਨਹੀਂ ਕਿ ਜਲੰਧਰ ਵਿੱਚ ਇਹ 5 ਅਪ੍ਰੈਲ ਨੂੰ ਹੋ ਰਿਹਾ ਹੋਟਲ ਪ੍ਰੈਜ਼ੀਡੈਂਟ ਚ ਠੀਕ ਹੈ ਉਹਦਾ ਪਤਾ ਸਿਰ
ਨਿਊਜ਼ੀਲੈਂਡ ਜਾਣ ਵਾਸਤੇ ਆਪਣੀ ਫਾਈਲ ਲਗਾਉਣਾ ਚਾਹ ਰਹੇ ਨੇ, ਉਹਨਾਂ ਕੋਲ ਬੜੀ ਸਾਰੀ ਕੁਐਰੀਜ਼ ਹੁੰਦੀਆਂ. ਫਾਰ ਐਗਜ਼ਾਮਪਲ, ਉਹਨਾਂ ਦਾ ਬੈਕਗ੍ਰਾਊਂਡ ਆ, ਕਿਸੇ ਦਾ ਬਿਜ਼ਨਸ ਦਾ ਬੈਕਗ੍ਰਾਊਂਡ ਆ, ਜਿਹਨੇ ਕਾਮਰਸ ਕੀਤੀ ਹੈ, ਕਿਸੇ ਨੇ ਇੰਜੀਨੀਅਰਿੰਗ ਦੇ ਕੀਤਾ ਹੈ, ਕਿਸੇ ਨੇ ਬੈਕਗ੍ਰਾਊਂਡ ਕਿਸੇ ਦਾ ਹੋਟਲ ਮੈਨੇਜਮੈਂਟ ਆ, ਉਹਨਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਅੱਗੇ ਜਿਹੜੇ ਕੋਰਸਿਸ ਉਹ ਕਰਨਾ ਚਾਹ ਰਹੇ ਨੇ ਉਹ ਕਿੱਥੇ ਅਵੇਲੇਬਲ ਹੈ, ਕਿਹੜੇ ਕਾਲਜ ਤੇ ਅਵੇਲੇਬਲ ਆ. ਉਹ ਡਾਇਰੈਕਟਲੀ ਕਾਲਜ ਦੇ ਰਿਪ੍ਰੈਜੈਂਟੇਟਿਵ ਜਿਹੜੇ ਆ ਰਹੇ ਨੇ, ਆਲਮੋਸਟ 25 ਇੰਸਟੀਚਿਊਟਸ ਆ ਨਿਊਜ਼ੀਲੈਂਡ ਦੇ, ਉਹ ਵੀ ਪਾਰਟਿਸਿਪੇਟ ਇਸ ਫੇਅਰ ਤੇ ਕਰ ਰਹੇ ਨੇ. ਉਹਦੇ ਵਿੱਚ ਕਈ IPP ਪ੍ਰੋਵਾਈਡਰਸ ਵੀ ਆ. ਅੱਛਾ, ਵਿਦਿਆਰਥੀ ਐਡਮਿਸ਼ਨ ਵੀ ਲੈ ਸਕਦੇ ਆ? ਹਾਂਜੀ ਹਾਂਜੀ, ਉੱਥੇ ਕਈ ਇੰਸਟੀਚਿਊਟਸ ਜਿਹੜੇ ਹੋਣਗੇ ਉਹ ਸਪੌਟ ਆਫਰਸ ਵੀ ਕਰਨਗੇ. ਓਕੇ, ਠੀਕ ਹੈ. ਕਈ ਜਿਹੜੇ ਇੰਸਟੀਚਿਊਟਸ ਹੈਗੇ ਨੇ, ਤਾਂ ਵਿਦਿਆਰਥੀ ਉੱਥੇ ਆ ਕੇ ਆਪਣਾ ਪ੍ਰੋਫਾਈਲ ਡਿਸਕਸ ਕਰ ਸਕਦੇ ਨੇ. ਕਾਲਜ ਦੇ ਜਿਹੜੇ ਡੈਲੀਗੇਟਸ ਆ ਉਹਨਾਂ ਨੂੰ ਪੁੱਛ ਸਕਦੇ ਕਿ ਇਹਦੀ ਜੋਬ ਓਪਰਚੁਨਿਟੀਜ਼ ਕੀ ਆ, ਜਾਂ ਪੜ੍ਹਾਈ ਤੇ ਜੋ ਪੜਨਗੇ ਉਹਦੀ ਅੱਗੇ ਫਰਦਰ ਉਹਦੀ ਫਿਊਚਰ ਕੀ ਹੈ ਉਹਦਾ, ਠੀਕ ਹੈ. ਵੀਜ਼ਾ ਫਾਰਮੈਲਿਟੀਜ਼ ਤੇ ਅਗਰ ਉਹਨਾਂ ਨੂੰ ਕੋਈ ਡਾਊਟ ਹੈ ਤਾਂ ਦੇ ਕੈਨ ਆਲਵੇਜ਼ ਆਸ ਦਾ NJDC ਮੈਂਬਰਸ, ਜੋ ਕਿ ਆਲਵੇਜ਼ ਟ੍ਰੇਨਡ ਵੀਜ਼ਾ ਵਾਸਤੇ, ਔਰ ਇਮੀਗ੍ਰੇਸ਼ਨ ਨਿਊਜ਼ੀਲੈਂਡ. ਸਭ ਤੋਂ ਪਹਿਲੇ ਖੁਸ਼ੀ ਵਾਲੀ ਗੱਲ ਹੈ. ਹਾਂਜੀ ਹਾਂਜੀ, ਇਹਦੇ ਚ ਗੱਲ ਕਰ ਸਕਦੇ ਨੇ ਉਹਦੇ ਬਾਰੇ. ਕਿਉਂਕਿ ਜਿਹੜਾ ਅਗਲਾ ਪੁਆਇੰਟ ਇਹ ਪੈਦਾ ਹੋ ਜਾਂਦਾ ਕਿ NZSA ਮੈਂਬਰ ਦਾ ਉੱਥੇ ਮੌਜੂਦ ਹੋਣਾ, ਅੰਬੈਸੀ ਦਾ ਆਪ ਖੁਦ ਮੌਜੂਦ ਹੋਣਾ, ਮੇਰਾ ਖਿਆਲ ਕੋਈ ਇਹੋ ਜਿਹਾ ਸਵਾਲ ਹੀ ਨਹੀਂ ਰਹੂਗਾ ਜਿਹੜਾ ਵਿਦਿਆਰਥੀ ਨੂੰ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਰਹੂਗੀ. ਹੁਣ ਜਿਹੜਾ ਅਗਲਾ ਮੁੱਦਾ ਇਹ ਆ ਰਿਹਾ ਕਿ ਹੁਣ ਤੱਕ ਜੋ ਵਰਤਾਰਾ ਹੋਇਆ ਨਿਊਜ਼ੀਲੈਂਡ ਦੇ ਵਿੱਚ, ਉੱਥੋਂ ਦਾ ਜਿਹੜਾ ਇੱਕ ਐਜੂਕੇਸ਼ਨ ਦਾ ਸਿਸਟਮ ਹੈ ਜਾਂ NZSA ਮੈਂਬਰ ਸੀਗੇ, ਨਵੀਆਂ ਬੜੀਆਂ ਅਨਾਊਂਸਮੈਂਟਸ, ਬੜੀਆਂ ਐਡਵਰਟੀਜ਼ਮੈਂਟ ਦੇਖਣ ਨੂੰ ਮਿਲ ਰਹੀ ਕਿ ਰੂਲ ਚੇਂਜ ਹੋ ਰਹੇ ਨੇ, ਕੀ ਇਸ ਰੂਲ ਬਾਰੇ ਵੀ ਉੱਥੇ IPP ਬਾਰੇ ਵੀ ਕੋਈ ਜਾਣਕਾਰੀ ਦਿੱਤੀ ਜਾਊਗੀ? ਸੀ, ਦੋ ਨਵੇਂ ਅਪਡੇਟ ਆ. ਇੱਕ ਤੋਂ ਜਿਹੜਾ ਕਾਫੀ ਪੰਜਾਬ 'ਚ ਕਾਫੀ ਰੌਲਾ ਪਿਆ ਕਿ ਇੱਕ ਤੋਂ ਵਿਦਆਊਟ ਆਇਲਸ ਵਾਲਾ ਤੁਸੀਂ ਦੇਖ ਰਹੇ ਹੋਗੇ, ਹਰ ਜਗ੍ਹਾ ਹੋਰਡਿੰਗ ਲੱਗੀ ਨਿਊਜ਼ੀਲੈਂਡ ਜਾਓ ਵਿਦਆਊਟ ਆਇਲਸ ਜਾਓ, ਠੀਕ ਹੈ. ਇਹ ਜਿਹੜਾ ਵਿਦਆਊਟ ਆਇਲਸ ਵਾਲਾ ਜਿਹੜਾ ਇਹ ਫੰਡਾ ਹੈ, ਬੇਸਿਕਲੀ ਇਹ NZQA ਦੀ ਇੱਕ ਗਾਈਡਲਾਈਨਸ ਆ, ਇਹ ਕੋਈ ਰੂਲ ਨਹੀਂ ਹੈ. NZQA ਨੇ ਗਾਈਡਲਾਈਨਸ ਇੰਸਟੀਚਿਊਟਸ ਨੂੰ ਉੱਥੇ ਦਿੱਤਾ ਹੈ ਕਿ ਤੁਸੀਂ ਆਪਣੀ ਅਸੈਸਮੈਂਟ ਕਰ ਸਕਦੇ ਹੋ. ਸਾਡੇ ਹਿਸਾਬ ਨਾਲ ਅਗਰ ਬੱਚੇ ਨੇ ਇੰਡੀਆ ਵਿੱਚ 8ਵੀਂ ਤੋਂ ਲੈ ਕੇ 12ਵੀਂ ਤੱਕ ਇੰਗਲਿਸ਼ ਮੀਡੀਅਮ 'ਚ ਸੈਕੰਡਰੀ ਸਕੂਲਿੰਗ ਜਿਹੜੀ ਹੈ, ਸੈਕੰਡਰੀ ਸਕੂਲਿੰਗ 3 ਸਾਲ ਦੀ ਸੈਕੰਡਰੀ ਸਕੂਲਿੰਗ, ਐਟਲੀਸਟ 3 ਸਾਲ ਦੀ ਸੈਕੰਡਰੀ ਸਕੂਲਿੰਗ ਅਗਰ ਉਹਨੇ ਇੰਗਲਿਸ਼ ਮੀਡੀਅਮ ਤੇ ਕੀਤੀ ਹੈ, ਤਾਂ ਉਹਨੂੰ ਆਇਲਸ ਦੇਣ ਦੀ ਜ਼ਰੂਰਤ ਨਹੀਂ. ਵੇਵਰ ਹੋ ਗਿਆ ਆਇਲਸ. ਲੇਕਿਨ ਉਹਦੇ ਵਾਸਤੇ ਉਹਦਾ ਮਤਲਬ ਇਹ ਆ ਕਿ ਇੰਸਟੀਚਿਊਟਸ ਨੂੰ ਇਹ ਜੱਜ ਕਰਨਾ ਹੈ ਕਿ ਜਿਹੜਾ ਸਟੂਡੈਂਟ ਉਹ ਲੈ ਰਹੇ ਨੇ, ਰਿਕਰੂਟ ਕਰ ਰਹੇ ਨੇ, ਠੀਕ ਹੈ, ਉਹਦੀ ਇੰਗਲਿਸ਼ ਕੈਪੇਬਿਲਿਟੀ ਕਿੰਨੀ ਹੈ, ਉਹਨੂੰ ਲਿਖਣਾ ਆਉਂਦਾ, ਪੜ੍ਹਨਾ ਆਉਂਦਾ, ਸੁਣਨਾ ਆਉਂਦਾ, ਇਹ ਬੋਲਣਾ ਆਉਂਦਾ, ਇਹ 4 ਚੀਜ਼ਾਂ ਹੁੰਦੀਆਂ, ਰੀਡਿੰਗ, ਰਾਈਟਿੰਗ, ਲਿਸਨਿੰਗ, ਸਪੀਕਿੰਗ. ਇਹ 4 ਚੀਜ਼ਾਂ ਉਹਨੂੰ ਆਉਣੀ ਚਾਹੀਦੀਆਂ. ਇਹ ਨਹੀਂ ਬੱਚਾ ਕਿਸੇ ਨੇ 12ਵੀਂ ਕੀਤੀ, 30% 35% ਮਾਰਕਸ ਆ ਪੰਜਾਬ ਦੇ, ਤੁਸੀਂ ਕਹਿ ਰਹੇ ਵਿਦਆਊਟ ਆਇਲਸ ਫਾਈਲ ਪਾਤੀ, ਉਹ ਹੋਣਾ ਹੀ ਨਹੀਂ ਹੈ ਪੰਜਾਬ 'ਚ ਹੀ ਹੋ ਰਿਹਾ, ਕਿਉਂਕਿ ਇਸ ਚੀਜ਼ ਬਾਰੇ ਵੀ ਜਾਣਕਾਰੀ ਹੋਊਗੀ ਫੇਰ ਦੇ ਵਿੱਚ. 100% ਹੋਏਗੀ. ਇਹਦੇ ਵਾਸਤੇ ਇਹ ਫੇਰ ਆਰਗਨਾਈਜ਼ ਹੋ ਰਿਹਾ, ਇੰਸਟੀਚਿਊਟਸ ਦੱਸਣਗੇ ਸਟੂਡੈਂਟਸ ਨੂੰ, NJDC ਮੈਂਬਰਸ ਬਰੀਫ ਕਰਨਗੇ. ਇਮੀਗ੍ਰੇਸ਼ਨ ਨਿਊਜ਼ੀਲੈਂਡ ਤਾਂ ਹੀ ਆ ਰਹੀ ਹੈ ਇੱਥੇ, ਉਹਨਾਂ ਕੋਲ ਜਿਹੜੇ ਐਪਲੀਕੇਸ਼ਨ ਲਾਸਟ 3 ਮਹੀਨੇ 'ਚ ਆ ਰਹੇ ਨੇ, ਉਹ ਵੀ ਕਾਫੀ ਪਰੇਸ਼ਾਨ ਨੇ. ਇਹੋ ਜਿਹੀ ਐਪਲੀਕੇਸ਼ਨ ਜਿਹੜੀ ਆ ਰਹੀ ਹੈ, ਬਿਲਕੁਲ, ਉਹਦੇ ਵਾਸਤੇ ਉਹ ਵੀ ਸਾਹਮਣੇ ਸਟੂਡੈਂਟਸ ਦੇ ਆ ਕੇ ਸਾਰਾ ਕੁਝ ਕਰਨਾ, ਕਲੈਰੀਫਾਈ ਕਰਨਾ ਚਾਹ ਰਹੇ ਨੇ ਕਿ ਵੀ ਇਹ ਸਭ ਵਿਦਆਊਟ ਆਇਲਸ ਵਾਲਾ ਕੋਈ ਚੀਜ਼ ਨਹੀਂ ਹੈਗੀ ਇਹਦੇ 'ਚ. ਅਸੀਂ ਸਿਰਫ ਇਹ ਕਹਿ ਰਹੇ ਨੇ ਕਿ ਤੁਸੀਂ ਸਕੂਲਿੰਗ ਅਗਰ ਇੰਗਲਿਸ਼ ਮੀਡੀਅਮ ਤੇ ਕੀਤੀ ਹੈ ਤਾਂ ਠੀਕ ਹੈ, ਤੁਸੀਂ ਆਇਲਸ ਦੇਣ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ. ਆਇਲਸ ਨੂੰ ਕਿਉਂ ਪ੍ਰਮੋਟ ਕੀਤਾ ਜਾਏ? ਕੋਈ ਇੰਸਟੀਚਿਊਟ ਕਿਉਂ ਪ੍ਰਮੋਟ ਕਰੇ ਅਗਰ ਕਿਸੇ ਨੇ ਇੰਗਲਿਸ਼ ਦਿੱਤੀ ਹੈ? ਠੀਕ ਹੈ, ਦੈਟਸ ਵੈਲ ਐਂਡ ਗੁੱਡ, ਐਕਸੈਪਟਡ. ਪੈਰਾਮੀਟਰ ਤਾਂ ਇਹ ਹੈ ਕਿ ਵਿਦਿਆਰਥੀ ਨੂੰ ਇੰਗਲਿਸ਼ ਨਹੀਂ ਆਉਂਦੀ, ਬਸ ਕਾਗਜ਼ ਦਾ ਟੁਕੜਾ ਨਹੀਂ ਹੈ, ਆਇਲਸ ਦਾ ਕਾਗਜ਼ ਦਾ ਟੁਕੜਾ ਹੈ. ਹਾਂਜੀ ਹਾਂਜੀ. ਸੋ ਇਹ ਬਹੁਤ ਵੱਡੀ ਖੁਸ਼ਖਬਰੀ ਪੰਜਾਬ ਦੇ ਵਿਦਿਆਰਥੀਆਂ ਲਈ ਹੈ. ਵਿਦ ਆਇਲਸ, ਵਿਦਆਊਟ ਆਇਲਸ, ਸਪੌਸ ਕੇਸ, ਨਿਊਜ਼ੀਲੈਂਡ ਜਾਣ ਵਾਲੇ ਵਿਦਿਆਰਥੀ ਪਹਿਲੇ ਵਾਰੀ NZSA ਦੇ ਸਾਰੇ ਮੈਂਬਰਾਂ ਨੂੰ ਇੱਕੋ ਛੱਤ ਥੱਲੇ, ਅੰਬੈਸੀ ਨੂੰ ਇੱਕੋ ਦਿਨ ਇੱਕੋ ਛੱਤ ਥੱਲੇ. ਕਿਸੇ ਵੀ ਤਰ੍ਹਾਂ ਦਾ ਤੁਹਾਡਾ ਸਵਾਲ ਹੈਗਾ ਐਜੂਕੇਸ਼ਨ ਡਿਪਾਰਟਮੈਂਟ ਨੂੰ ਇੱਕੋ ਛੱਤ ਥੱਲੇ. ਬੜੇ ਸਾਰੇ ਵਿਦਿਆਰਥੀਆਂ ਦੇ ਸਵਾਲ ਹੁੰਦੇ ਨੇ PR ਨੂੰ ਲੈ ਕੇ, ਸਪੌਸ ਕੇਸਾਂ ਨੂੰ ਲੈ ਕੇ, ਐਜੂਕੇਸ਼ਨ ਨੂੰ ਲੈ ਕੇ, ਆਪਣੇ ਕੋਰਸਸ ਨੂੰ ਲੈ ਕੇ. ਸੋ ਮੈਨੂੰ ਲੱਗਦਾ ਕਿ ਪਹਿਲੇ ਵਾਰੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਉਪਰਾਲਾ ਹੋ ਰਿਹਾ ਇਸ ਚੀਜ਼ ਦਾ ਵਿਦਿਆਰਥੀ ਨੂੰ ਲਾਭ ਜ਼ਰੂਰ ਉਠਾਉਣਾ ਚਾਹੀਦਾ. ਇਹ ਕੋਈ ਪ੍ਰਮੋਸ਼ਨਲ ਸ਼ੋਅ ਨਹੀਂ ਹੈ. ਸੋ ਵਿਦਿਆਰਥੀਆਂ ਲਈ ਸਭ ਤੋਂ ਵੱਡਾ ਇੱਕ ਅਵੇਅਰਨੈਸ ਦਾ ਇਹ ਸ਼ੋਅ ਹੈ ਕਿ ਹਰ ਵਿਦਿਆਰਥੀ ਨੂੰ ਇਸ ਫੇਅਰ ਦੇ ਵਿੱਚ ਪਹੁੰਚਣਾ ਚਾਹੀਦਾ. ਇਸ ਤੋਂ ਇਲਾਵਾ ਮੈਂ ਤੁਹਾਨੂੰ ਰਣਵੀਰ ਜੀ ਹੋਰ ਇੱਕ ਚੀਜ਼ ਐਡ ਕਰਨਾ ਚਾਹ ਰਿਹਾ ਇਹਦੇ ਵਿੱਚ. ਜਿਵੇਂ ਹੁਣ ਜਿਵੇਂ ਫੇਅਰ ਹੋ ਰਿਹਾ, ਇਹਦੇ ਵਾਸਤੇ ਕਾਫੀ ਸਾਰੀ ਐਡਵਰਟੀਜ਼ਮੈਂਟ ਆਉਣਗੀ, ਸਭ ਕੁਝ ਹੋਏਗਾ, ਤਾਂ ਕਾਫੀ ਸਾਰਾ ਰਸ਼ ਹੋਏਗਾ ਉਹਦੇ ਵਿੱਚ. ਇੰਸਟੀਚਿਊਟਸ ਕੋਲ ਵੀ ਇੰਨਾ ਟਾਈਮ ਨਹੀਂ ਹੋਏਗਾ, ਨਾ ਹੀ NZSA ਇਮੀਗ੍ਰੇਸ਼ਨ ਕੋਲ ਹੋਏਗਾ, ਐਜੂਕੇਸ਼ਨ ਨਿਊਜ਼ੀਲੈਂਡ ਕੋਲ ਵੀ ਹੋਏਗਾ, ਨਹੀਂ ਹੋਏਗਾ NJDC ਮੈਂਬਰਸ. ਮੈਂ ਇਹੀ ਰਾਏ ਦੇਵਾਂਗਾ ਹਰ ਸਟੂਡੈਂਟਸ ਨੂੰ ਕਿ ਹੁਣ ਤੋਂ ਆਪਣਾ ਅਪੁਆਇੰਟਮੈਂਟ ਜਾਂ ਰਜਿਸਟ੍ਰੇਸ਼ਨ ਕਰਨਾ ਸ਼ੁਰੂ ਕਰ ਐਡਵਾਂਸ ਦੇ ਵਿੱਚ, ਕਿਉਂਕਿ ਮੈਡਵੇ ਦਾ ਵੀ ਉੱਥੇ ਸਟਾਲ ਜ਼ਰੂਰ ਹੋਏਗਾ, 100% ਸਟਾਲ ਹੋਏਗਾ. ਜਿੱਥੇ ਜਿਹੜੇ ਹੋਟਲ ਤੇ ਫੇਅਰ ਹੋ ਰਿਹਾ ਉਹਦੇ ਸਾਹਮਣੇ ਹੀ ਸਾਡਾ ਆਫਿਸ ਆ, ਈਜ਼ੀ ਡੇ ਬਿਲਡਿੰਗ, ਠੀਕ ਹੈ. ਤੁਸੀਂ ਉੱਥੇ ਹੀ ਰਜਿਸਟ੍ਰੇਸ਼ਨ ਕਰੋ, ਹੁਣ ਤੋਂ ਹੀ ਆਪਣੀ ਅਪੁਆਇੰਟਮੈਂਟਸ ਲਓ, ਹੁਣ ਤੋਂ ਹੀ ਅਸੈਸਮੈਂਟ ਕਰਨਾ ਆਪਣੀ ਫਾਈਲ ਦੀ ਸ਼ੁਰੂ ਕਰੋ, ਤਾਂ ਕਿ ਉਸ ਸਟੇਜ ਤੇ ਉਸ ਤੱਕ ਪਹੁੰਚ ਜਾਓ. ਇਹ ਨਾ ਹੋਏਗੀ ਉੱਥੇ ਬਿਲਕੁਲ ਰੋ ਜਾ ਕੇ ਤੁਹਾਨੂੰ ਕੁਛ ਨਹੀਂ ਪਤਾ, ਪੁੱਛਣਾ ਕੀ, ਪੁੱਛਣਾ ਤਿਆਰ ਹੋ ਕੇ ਜਾਓ, ਪਹਿਲਾਂ ਤਿਆਰ ਹੋ ਕੇ ਜਾਓ, ਪਹਿਲਾਂ ਇਨੀਸ਼ੀਅਲ ਅਸੈਸਮੈਂਟ ਕਰਾ ਲਓ, ਸਾਡੇ ਤੋਂ ਰਾਏ ਲੈ ਲਓ ਕੀ ਕਰਨਾ. ਉਹਦੇ ਅੱਗੇ ਫਿਰ
ਜਾਂ ਅੰਬੈਸੀ ਵੱਲੋਂ ਜਾਂ ਐਜੂਕੇਸ਼ਨ ਵੱਲੋਂ ਕੀਤਾ ਜਾ ਰਿਹਾ। ਵਿਦਿਆਰਥੀਆਂ ਨੂੰ ਇਹਦੇ ਵਿੱਚ ਕੋਈ ਦੋਰਾਵਾ ਨਹੀਂ, ਐਨਜ਼ੈਡ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਹੈ। ਪਰਸਨਲ ਤੌਰ ਤੇ ਵੀ ਬੜੇ ਸਾਰੇ ਵਿਦਿਆਰਥੀ ਐਸੇ ਹੋਣਗੇ ਜਿਹੜਾ ਖੁੱਲਾ ਟਾਈਮ ਲੈ ਕੇ ਆਪਣੇ ਆਪ ਨੂੰ ਅਸੈਸ ਕਰਨਾ ਚਾਹੁੰਦੇ ਆ। ਕੋਈ ਮਿਡਵੇ ਵੱਲੋਂ ਵੀ ਵਿਸ਼ੇਸ਼ ਤੌਰ ਤੇ ਸੈਮੀਨਾਰ ਕਰਵਾਏ ਜਾ ਰਹੇ ਜਿਨ੍ਹਾਂ 'ਚ ਵਿਦਿਆਰਥੀ ਤੁਹਾਨੂੰ ਮਿਲ ਸਕਣਾ। ਹਾਂਜੀ, ਅਸੀਂ ਜਿਵੇਂ ਫਿਫਥ ਨੂੰ ਤੋਂ ਇਹ ਜਿਹੜਾ ਇੰਜਰਡ ਐਸੇ ਵਾਲੇ ਮੈਂਬਰਸ ਕਰ ਰਹੇ, ਸਿਕਸਥ ਨੂੰ ਅਸੀਂ ਅੰਮ੍ਰਿਤਸਰ ਇੱਕ ਫੇਅਰ ਆਰਗਨਾਈਜ਼ ਕਰ ਰਹੇ ਹਾਂ। ਜਿੰਨੇ ਵੀ ਇੰਸਟੀਟਿਊਟਸ ਆਲਮੋਸਟ 80% ਇੰਸਟੀਟਿਊਟ ਜਿਹੜੇ ਪਾਰਟੀਸਪੇਟ ਕਰਨਗੇ ਜਲੰਧਰ ਫੇਅਰ 'ਚ, ਉਹ ਸਾਰੇ ਅੰਮ੍ਰਿਤਸਰ ਵੀ ਪਾਰਟੀਸਪੇਟ ਕਰਨਗੇ। ਉਹ ਸਿਰਫ ਮਿਡਵੇ ਆਰਗਨਾਈਜ਼ ਕਰ ਰਿਹਾ ਮਿਡਵੇ ਦਾ, ਠੀਕ ਹੈ, 6 ਤਰੀਕ ਨੂੰ ਅੰਮ੍ਰਿਤਸਰ। ਹਾਂਜੀ, ਔਰ ਉਹਦੇ ਬਾਅਦ ਇੱਕ 9th ਨੂੰ ਅਸੀਂ ਫੇਅਰ ਆਰਗਨਾਈਜ਼ ਕਰਾਂਗੇ, ਉਹ ਦਿੱਲੀ ਵਿੱਚ ਆਰਗਨਾਈਜ਼ ਹੋਏਗਾ। ਉਹਦੇ 'ਚ ਵੀ ਇਹੀ ਸੇਮ ਇੰਸਟੀਟਿਊਟਸ, ITPs ਜਿਹੜੇ ਆ ਰਹੇ ਨੇ, IPP ਪ੍ਰੋਵਾਈਡਰਸ ਆ ਰਹੇ ਨੇ, ਸਾਰੇ ਉੱਥੇ ਦਿੱਲੀ ਪਾਰਟੀਸਪੇਟ ਕਰਨਗੇ। 3 ਫੇਅਰਸ ਜਿਹੜੇ ਅਸੀਂ ਲੈ ਕੇ ਆਏ ਹਾਂ, ਇੰਡੀਅਨ ਸਟੂਡੈਂਟਸ ਜੋ ਨਿਊਜ਼ੀਲੈਂਡ ਪੜ੍ਹਨ ਜਾ ਰਹੇ ਉਹਨਾਂ ਨੂੰ ਸਹੀ ਐਡਵਾਈਸ ਮਿਲੇ, ਸਹੀ ਕੋਰਸ ਤੇ ਜਾਣ, ਸਹੀ ਫਿਊਚਰ ਉਹਨਾਂ ਦਾ ਬਣੇ। ਤੁਹਾਨੂੰ ਕੀ ਲੱਗਦਾ ਹੈ ਜਗਜੀਤ ਜੀ, ਕਿ ਬਹੁਤ ਵੱਡੇ ਪੱਧਰ ਦੇ ਉੱਪਰ ਜਿਹੜੀ ਨਿਊਜ਼ੀਲੈਂਡ ਦੀ ਸਟੇਬਿਲਿਟੀ ਬਣੀ ਹੋਈ ਹੈ, ਪਹਿਲਾਂ ਵੀ ਸੀ ਤੇ ਅੱਜ ਵੀ ਹੈ, ਤੇ ਸ਼ਾਇਦ ਇਹ ਵੀ ਲੱਗ ਰਿਹਾ ਫਿਊਚਰ 'ਚ ਵੀ ਰਹੂਗੀ, ਕਦੇ ਵਿਦਿਆਰਥੀ ਇਹ ਨਹੀਂ ਗੁਮਰਾਹ ਹੋਇਆ ਕਿ ਮੈਂ ਨਿਊਜ਼ੀਲੈਂਡ ਚਲਿਆ ਗਿਆ ਤੇ ਮੈਨੂੰ ਗਲਤ ਮਿਸਗਾਈਡ ਹੋਇਆ ਸੀ ਵਾਪਸ ਆ ਗਿਆ। ਟੈਕਨੀਕਲੀ ਕਮਜ਼ੋਰੀ ਕੀ ਹੈ, ਵਿਦਿਆਰਥੀ ਦਾ ਸਕਸੈਸ ਨਾ ਹੋਣ ਦਾ ਕਾਰਨ ਕੀ ਹੈ, ਜਦੋਂ ਕਿ ਉਹਨਾਂ ਦਾ ਨਾਰਾ ਸਟੱਡੀ ਵਰਕ ਐਂਡ ਸੈਟਲ, ਸਾਰੀਆਂ ਚੀਜ਼ਾਂ ਨੇ, ਵਿਦ ਆਇਲਸ ਵੀ ਹੈ, ਸਪੌਸ ਵੀ ਹੈ, ਵਿਦਆਊਟ ਆਇਲਸ ਵੀ ਹੈ, ਆਪ ਅੰਬੈਸੀ ਆ ਰਹੀ ਹੈ, ਇਸ ਤੋਂ ਵੱਡੀ ਚੀਜ਼ ਕੀ ਹੈ ਕਿ ਉਹ ਐਜੂਕੇਸ਼ਨ ਨੂੰ ਪ੍ਰਮੋਟ ਕਰਨਾ ਚਾਹ ਰਹੇ ਨੇ, ਫਿਰ ਵੀ ਕੀ ਹਰਡਲ ਹੈ, ਕੀ ਟੈਕਨੀਕਲ ਪੁਆਇੰਟ ਹੈ ਕਿ ਅੱਜ ਵੀ ਵਿਦਿਆਰਥੀ ਗੁੰਮਰਾਹ ਹੁੰਦਾ? ਸੀ ਟੈਕਨੀਕਲ ਪੁਆਇੰਟ ਮੈਨੂੰ ਲੱਗਦਾ ਕੁਛ ਵੀ ਨਹੀਂ ਹੈ ਇਹਦੇ ਵਿੱਚ, ਜਿਹੜਾ ਮੇਰਾ ਫੀਡਬੈਕ ਹੈ, ਹੁਣ ਮੈਂ ਵੀ 6-7 ਸਾਲ ਤੋਂ ਨਿਊਜ਼ੀਲੈਂਡ ਪ੍ਰਮੋਟ ਕਰ ਰਿਹਾ, 90% 99% ਜਿਹੜੇ ਸਟੂਡੈਂਟਸ ਮੇਰੇ ਗਏ ਨੇ ਉਹ ਅੱਛਾ ਫੀਡਬੈਕ ਹੀ ਨਿਊਜ਼ੀਲੈਂਡ ਬਾਰੇ ਦੇ ਰਹੇ ਨੇ, ਔਰ ਜਿਹੜੇ 3-4 ਸਾਲ ਪਹਿਲਾਂ ਸਟੂਡੈਂਟਸ ਗਏ ਹੋਏ ਨੇ, ਆਇਦਰ ਉਹ ਵਰਕ ਪਰਮਿਟ 'ਚ ਹੈ, PR ਹੋਲਡਰ, ਠੀਕ ਹੈ, ਸਾਰੇ ਆਲਮੋਸਟ ਸੈੱਟ ਨੇ। ਤੇ ਮੇਰੇ ਕੋਲ ਐਗਜ਼ਾਮਪਲ, ਤੁਸੀਂ ਜਿਹੜਾ ਤੁਸੀਂ ਇੱਕ ਚੰਗੀ ਸਰਵਿਸ ਦੇ ਰਹੇ ਹੋ, ਮੈਂ ਪੰਜਾਬ ਦੀ ਉਹਨਾਂ ਦੀ ਗੱਲ ਕਰਾਂ ਜਿਹੜੇ ਗੁੰਮਰਾਹ ਹੋ ਕੇ ਗਲਤ ਏਜੰਟਸ ਦੇ ਹੱਥਾਂ ਦੇ ਵਿੱਚ ਚਲੇ ਜਾਂਦੇ ਨੇ, ਉਹਨਾਂ ਲਈ ਕੀ ਟਿਪਸ ਨੇ, ਉਹਨਾਂ ਨੂੰ ਕੀ ਕਰਨਾ ਚਾਹੀਦਾ? ਕਈ ਜਿਹੜੇ ਏਜੰਟਸ ਵੀ ਹੁਣ ਅਲੱਗ ਅਲੱਗ ਏਜੰਟਸ ਨੇ, ਕਈ ਪ੍ਰਮੋਟ ਕਰਦੇ ਆਸਟ੍ਰੇਲੀਆ, ਕਈ ਯੂਰੋਪੀਅਨ ਕੰਟਰੀਜ਼, ਕਈ ਕੈਨੇਡਾ ਪ੍ਰਮੋਟ ਕਰਦੇ, ਕਈ UK ਪ੍ਰਮੋਟ ਕਰਦੇ, ਠੀਕ ਹੈ। ਹੁਣ ਹਰ ਕੋਈ ਜਿਹੜਾ ਹੁਣ ਨਿਊਜ਼ੀਲੈਂਡ ਬਾਰੇ ਜਿਹੜੇ ਐਡਵਾਂਟੇਜਸ ਆ ਉਹ ਮੈਂ ਹੀ ਜ਼ਿਆਦਾ ਤੁਹਾਨੂੰ ਦੱਸ ਸਕਦਾ, ਕਿਉਂਕਿ ਦੂਸਰਾ ਏਜੰਟ ਨਹੀਂ ਦੱਸੇਗਾ, ਉਹ ਹਮੇਸ਼ਾ ਨੈਗੇਟਿਵ ਪੁਆਇੰਟ ਹੀ ਦੱਸੇਗਾ, ਰਿਸਰਚ ਨਹੀਂ ਹੈ, ਉਹ ਨੈਗੇਟਿਵ ਪੁਆਇੰਟ ਹੀ ਦੱਸੇਗਾ ਕਿ ਨਹੀਂ ਜਾਓ ਆਸਟ੍ਰੇਲੀਆ, ਚਲੇ ਜਾਓ ਇੱਥੇ, ਚਲੇ ਜਾਓ ਨਿਊਜ਼ੀਲੈਂਡ ਦਾ ਐਡਵਾਂਟੇਜਸ, US ਸੈਲਿੰਗ ਪੁਆਇੰਟਸ ਜਿਹੜੇ ਹੈਗੇ ਨੇ ਤੁਹਾਨੂੰ ਪਹਿਲਾਂ ਵੀ ਸ਼ੋਅਸ ਤੇ ਮੈਨੂੰ ਲੱਗਦਾ ਸਾਰੇ ਦੱਸ ਚੁੱਕੇ ਹੋਣਗੇ, ਫਿਰ ਵੀ ਦੁਬਾਰਾ ਇੱਕ ਵਾਰ ਮੈਂ ਦੁਬਾਰਾ ਉਸ ਚੀਜ਼ ਵੱਲ ਜਾਊਂਗਾ ਸੈਲਿੰਗ ਪੁਆਇੰਟ ਨਾਲੋਂ, ਕਿ ਅੱਜ ਵਿਦਿਆਰਥੀਆਂ ਦੇ ਕੋਲ ਦੋ ਆਪਸ਼ਨ ਨੇ, ਦੋ ਵਿਕਲਪ ਨੇ, ਪਹਿਲਾ ਹੈਗਾ ਆਸਟ੍ਰੇਲੀਆ, ਦੂਜਾ ਹੈਗਾ ਨਿਊਜ਼ੀਲੈਂਡ। ਕਈ ਵਾਰੀ ਵਿਦਿਆਰਥੀ ਆਸਟ੍ਰੇਲੀਆ ਜਾਣ ਤੋਂ ਪਹਿਲਾਂ ਇਹ ਸੋਚ ਲੈਂਦਾ ਕਿ ਨਿਊਜ਼ੀਲੈਂਡ ਜਾਈਏ, PR ਜਲਦੀ ਹੈ, ਬੜੀਆਂ ਚੀਜ਼ਾਂ ਨੇ ਜਿਹੜੀਆਂ ਅੰਦਰ ਖਾਤੇ ਵਿਦਿਆਰਥੀ ਤੇ ਚੱਲਦੀਆਂ ਰਹਿੰਦੀਆਂ ਨੇ। ਤੁਹਾਡਾ ਨਿੱਜੀ ਤਜਰਬਾ, ਜੇ ਕੰਪੈਰੀਜ਼ਨ ਕਰੀਏ ਅੱਜ ਵਿਦਿਆਰਥੀ ਜਿਹੜਾ ਆਸਟ੍ਰੇਲੀਆ ਜਾ ਰਿਹਾ ਤੇ ਨਿਊਜ਼ੀਲੈਂਡ ਜਿਹੜਾ, ਥੋੜੇ ਸ਼ਬਦਾਂ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਚੀਜ਼ ਬਾਰੇ? ਮੇਰੇ ਹਿਸਾਬ ਨਾਲ ਅਜੇ ਵੀ ਨਿਊਜ਼ੀਲੈਂਡ ਸ਼ੁੱਡ ਬੀ ਦਾ ਫਸਟ ਡੈਸਟੀਨੇਸ਼ਨ ਪੰਜਾਬ ਸਟੂਡੈਂਟਸ, ਪਾਰਟਿਕੂਲਰਲੀ ਪੰਜਾਬ ਸਟੂਡੈਂਟਸ ਜਿਹੜੇ ਜੌਬ ਓਰੀਐਂਟਡ ਕੋਰਸ ਲੱਭਦੇ ਨੇ। ਜੌਬ ਓਰੀਐਂਟਡ ਕੋਰਸ, ਕੋਈ ਵੀ ਬੈਚਲਰ ਕੋਰਸ 3 years ਦਾ, ਬੈਚਲਰਸ ਇਨ ਬਿਜ਼ਨਸ ਜਾਂ BBA ਜਾਂ ਫੋਰ ਐਗਜ਼ਾਮਪਲ ਬੈਚਲਰਸ ਇਨ IT ਕਰੋਗੇ, ਉਹ ਲੰਬਾ ਕੋਰਸ ਹੈ ਜਿਹਦਾ ਖਰਚਾ ਹੈ 30-40 ਲੱਖ ਰੁਪਏ, ਕਿਉਂਕਿ ਅੱਜ ਨਵੇਂ ਰੂਲ ਦੇ SBP ਦਾ ਆਸਟ੍ਰੇਲੀਆ ਤਾਂ 40 ਲੱਖ ਰੁਪਏ ਖਰਚ ਕਰ। ਇਹੀ ਤੁਸੀਂ ਸ਼ਾਰਟ ਟਰਮ ਜੌਬ ਓਰੀਐਂਟਡ ਕੋਰਸ ਕਰੋ ਨਿਊਜ਼ੀਲੈਂਡ ਵਿੱਚ, 2 years ਦਾ ਡਿਪਲੋਮਾ, 4 semester ਦਾ ਡਿਪਲੋਮਾ ਕਰੋ, ਠੀਕ ਹੈ। ਜੌਬ ਓਰੀਐਂਟਡ ਕੋਰਸਿਸ ਜਿਵੇਂ ਹੋਟਲ ਮੈਨੇਜਮੈਂਟ ਦੇ ਹੁੰਦੇ ਨੇ, ਫੋਰ ਐਗਜ਼ਾਮਪਲ IT ਦੇ ਹੁੰਦੇ ਨੇ ਸਪੈਸਿਫਿਕ IT ਕੋਰਸਿਸ, ਜਾਂ ਮੈਨੂਫੈਕਚਰਿੰਗ ਦੇ ਕੋਰਸਿਸ ਆ, ਇੰਜੀਨੀਅਰਿੰਗ ਦੇ ਕੋਰਸਿਸ ਹੈ, ਟੂਰਿਜ਼ਮ ਮੈਨੇਜਮੈਂਟ ਦੇ ਕੋਰਸਿਸ ਨੇ, ਕੁੱਕਰੀ ਦੇ ਕੋਰਸਿਸ ਨੇ, ਇਹ ਸਾਰੇ ਜੌਬ ਓਰੀਐਂਟਡ ਕੋਰਸਿਸ ਨੇ। ਇਹ ਕੋਰਸਿਸ ਜਿਹੜੇ ਡਿਜ਼ਾਈਨ ਹੋਏ ਨੇ ਇਹ ਜੌਬ ਮਾਰਕੀਟ ਨੂੰ ਲੈ ਕੇ ਹੋਏ ਨੇ। ਤੁਹਾਨੂੰ ਤੁਸੀਂ 1.5 ਸਾਲ ਦਾ ਕੋਰਸ ਕਰਦੇ ਹੋ, 4 semester ਦਾ ਕੋਰਸ ਕਰਦੇ ਹੋ, ਤੁਸੀਂ ਐਲੀਜੀਬਲ ਹੁੰਦੇ ਹੋ 1 ਸਾਲ ਦੇ ਪੋਸਟ ਸਟੱਡੀ ਵਰਕ ਵੀਜ਼ਾ ਵਾਸਤੇ। ਇਹੋ ਜਿਹੀ ਓਪਰਚੁਨਿਟੀ ਮੈਨੂੰ ਲੱਗਦਾ ਨਹੀਂ ਆਸਟ੍ਰੇਲੀਆ ਦਿੰਦੀ। ਪਲੱਸ ਜਿਹੜੇ ਫੀਸ ਸਟਰਕਚਰ ਦਾ ਇੱਕ ਆ, ਫੀਸ ਸਟਰਕਚਰ ਔਰ ਲਿਵਿੰਗ ਐਕਸਪੈਂਸਿਸ ਦਾ ਇੱਕ ਬਹੁਤ ਵੱਡਾ ਡਿਫਰੈਂਸ ਆ। ਫੋਰ ਐਗਜ਼ਾਮਪਲ ਜਿਵੇਂ ਲਿਵਿੰਗ, ਤੁਸੀਂ ਕੋਸਟ ਆਫ ਸਟੱਡੀਜ਼ ਅਗਰ ਕੰਪੇਅਰ ਕਰੋਗੇ ਨਿਊਜ਼ੀਲੈਂਡ ਦੀ ਵਿਦ ਅਦਰ ਕੰਟਰੀਜ਼, ਕੈਨੇਡਾ ਨਾਲ ਕਰ ਲਓ, ਤੁਸੀਂ ਆਸਟ੍ਰੇਲੀਆ ਨਾਲ ਕਰ ਲਓ, UK ਨਾਲ ਕਰ ਲਓ, ਸਭ ਤੋਂ ਤੁਹਾਨੂੰ ਸਭ ਤੋਂ ਘੱਟ ਫੀਸ ਜਿਹੜੀ ਹੈ ਉਹ ਨਿਊਜ਼ੀਲੈਂਡ ਦੀ ਮਿਲੇਗੀ, ਠੀਕ ਹੈ। ਕੋਸਟ ਆਫ ਲਿਵਿੰਗ, ਫੋਰ ਐਗਜ਼ਾਮਪਲ ਕੋਸਟ ਆਫ ਲਿਵਿੰਗ ਨਿਊਜ਼ੀਲੈਂਡ ਦੀ, ਤੁਸੀਂ ਇਮੀਗ੍ਰੇਸ਼ਨ ਕਹਿੰਦੀ ਹੈ ਕਿ 15,000 ਨਿਊਜ਼ੀਲੈਂਡ ਡਾਲਰ, ਆਸਟ੍ਰੇਲੀਆ ਕਹਿੰਦੇ 18,000 ਆਸਟ੍ਰੇਲੀਅਨ ਡਾਲਰ, ਉਸ ਤੋਂ ਹੀ ਫਰਕ ਨਜ਼ਰ ਆ ਰਿਹਾ। ਐਕਚੁਅਲ ਕੋਸਟ ਘੱਟ ਆ, ਬਟ ਇਹ ਇਮੀਗ੍ਰੇਸ਼ਨ ਦਾ ਇੱਕ ਇੱਕ ਐਸਟੀਮੇਟ ਆ, ਇੰਨਾ ਖਰਚਾ ਇੱਕ ਬੱਚੇ ਦਾ ਲਿਵਿੰਗ ਕੋਸਟ ਅੰਦਾਜ਼ਨ ਆ ਜਾਂਦਾ। ਕਿਸੇ ਨਾਲ ਵੀ ਤੁਸੀਂ ਕੰਪੇਅਰ ਕਰੋਗੇ, ਲਿਵਿੰਗ ਕੋਸਟ, ਕੋਸਟ ਆਫ ਲਿਵਿੰਗ ਨਿਊਜ਼ੀਲੈਂਡ ਦਾ ਹਮੇਸ਼ਾ ਘੱਟ, ਜੋਬ ਓਪਰਚੁਨਿਟੀਜ਼ ਬੈਟਰ ਆ। ਕਿਉਂਕਿ ਅਗਰ ਕੋਈ ਕੰਟਰੀ ਵੀ, ਮੈਂ ਇਹ ਸੋਚਦਾ ਕਿ ਕੋਈ ਵੀ ਕੰਟਰੀ ਅਗਰ PR ਆਪਸ਼ਨਸ ਦੇ ਰਹੀ ਹੈ, ਉਹਦਾ ਮਤਲਬ ਕੀ ਹੈ? ਉਹਦਾ ਮਤਲਬ ਆ ਉਹਨਾਂ ਨੂੰ ਸਕਿਲਡ ਬੰਦਿਆਂ ਦੀ ਜ਼ਰੂਰਤ ਆ। ਬਿਲਕੁਲ ਬਿਲਕੁਲ, ਠੀਕ ਹੈ, ਉਹਨਾਂ ਨੂੰ ਸਕਿਲਡ ਬੰਦਿਆਂ ਦੀ ਉੱਥੇ ਜ਼ਰੂਰਤ ਆ। ਅਗਰ ਤੁਸੀਂ ਸਕਿਲਡ ਦਾ ਜੋਬ, ਕੋਈ ਸਕਿਲਡ ਕੋਰਸ ਕਰੋਗੇ ਉੱਥੇ, ਕੋਈ ਸਪੈਸਿਫਿਕ ਡਿਪਲੋਮਾਸ ਕਰੋਗੇ, ਫੋਰ ਐਗਜ਼ਾਮਪਲ PG ਡਿਪਲੋਮਾ ਕਰ ਰਹੇ ਹੋ ਜਾਂ ਮਾਸਟਰਸ ਕਰ
ਤੁਹਾਡਾ ਪੁਰਾਣਾ ਪ੍ਰੋਫਾਈਲ ਵੀ ਦੇਖੇਗਾ, ਬੈਕਗ੍ਰਾਉਂਡ ਇੰਡੀਆ ਦਾ। ਕਈ ਬੱਚੇ ਐਵੇਂ ਵੀ ਅਸੀਂ ਦਿੱਲੀ ਤੋਂ ਗਏ ਨੇ ਜਾਂ ਪੰਜਾਬ ਤੋਂ ਗਏ ਨੇ, ਮੈਂ ਐਗਜ਼ਾਮਪਲ ਦੇ ਸਕਦਾ, ਜਿਹੜੇ ਬੱਚੇ ਸਾਲ ਦੇ ਕੋਰਸ ਤੇ ਗਏ ਸੀ ਲੈਵਲ 7 ਦੇ, ਉਹ ਆਲਰੇਡੀ ਇੱਥੇ ਜੋਬ ਕਰ ਰਹੇ ਸੀ ਅੱਛੀ ਕੰਪਨੀਆਂ ਦੇ, ਉਹਨਾਂ ਦੇ ਸਟੱਡੀ ਦੇ ਦੌਰਾਨ ਵਰਕ ਪਰਮਿਟ ਤੇ ਕਨਵਰਟ ਹੋ ਗਿਆ। ਓਕੇ, ਕਹਿਣ ਦਾ ਮਤਲਬ ਇਹ ਆ ਕਿ ਇੰਪਲੋਇਰ ਜਿਹੜਾ ਸਿਰਫ ਕੁਆਲੀਫਿਕੇਸ਼ਨ ਨਹੀਂ ਦੇਖ ਰਿਹਾ ਤੁਹਾਡੀ, ਨਿਊਜ਼ੀਲੈਂਡ ਹਿਸਟਰੀ ਵੀ ਦੇਖਦਾ ਹੈ। ਇਹਦੇ ਵਾਸਤੇ ਅਸੀਂ ਕਹਿੰਦੇ ਹਾਂ ਕਿ ਜਿਹੜਾ ਹਾਇਰ, ਹੁਣ ਹਾਇਰ ਐਜੂਕੇਸ਼ਨ ਦਾ ਮਤਲਬ ਕੀ ਹੈ, ਹਾਇਰ ਐਜੂਕੇਸ਼ਨ ਦਾ ਮਤਲਬ ਹੈ ਜੋ ਕੋਰਸ ਤੁਸੀਂ ਲੈ ਰਹੇ ਹੋ ਦੈਟ ਹੈਜ਼ ਟੂ ਬੀ ਰੈਲੇਵੈਂਟ ਟੂ ਯੋਰ ਪ੍ਰੀਵੀਅਸ ਕੁਆਲੀਫਿਕੇਸ਼ਨ, ਪਲੱਸ ਇਟ ਸ਼ੁੱਡ ਬੀ ਅ ਪ੍ਰੋਗਰੈਸ਼ਨ। ਬਿਲਕੁਲ, ਪ੍ਰੋਗਰੈਸ਼ਨ, ਹਾਇਰ ਐਜੂਕੇਸ਼ਨ ਮਤਲਬ ਪ੍ਰੋਗਰੈਸ਼ਨ। ਤੁਸੀਂ ਲੋਅਰ ਕੋਰਸ, ਹੁਣ ਫੋਰ ਐਗਜ਼ਾਮਪਲ ਕਈ ਸਟੂਡੈਂਟ ਸਾਡੇ ਕੋਲ ਆਉਂਦੇ ਵੀ ਐਮ ਸੀ ਏ ਕੀਤੀ ਹੈ, ਅੱਜ ਫੋਰ ਐਗਜ਼ਾਮਪਲ ਕਾਲ ਹੈ ਐਮ ਸੀ ਏ ਕੀਤੀ, ਜਾਣਾ ਮੈਂ ਕੁਕਰੀ ਦੇ, ਦੂਸਰਾ ਵੀਜ਼ਾ ਕਿਉਂ ਦੇਗਾ ਕੋਈ, ਇਹਦਾ ਮਤਲਬ ਤੁਸੀਂ ਪੜ੍ਹਨ ਹੀ ਨਹੀਂ ਜਾ ਰਹੇ ਉੱਥੇ। ਅਗਲਾ ਇੱਕ ਮੁੱਦਾ ਹੈਗਾ ਬਹੁਤ ਵੱਡਾ ਮੁੱਦਾ, ਜਿਹੜਾ ਜਿਹੜਾ ਵਿਸ਼ੇਸ਼ ਤੌਰ ਤੇ ਪੰਜਾਬ ਦੇ ਵਿੱਚ ਪੰਜਾਬ ਦੀਆਂ ਕੰਪਨੀਆਂ ਤੇ ਉਹਨਾਂ ਦੇ ਕੌਂਸਲਰ ਮੁੱਦੇ ਨੂੰ ਉਠਾਉਂਦੇ ਨੇ, ਉਹ ਮੁੱਦਾ ਹੈਗਾ ਕਿ ਬਿਜ਼ਨਸ ਦਾ ਕੋਰਸ ਤੇ ਆਈ ਟੀ ਦਾ ਸਕੋਪ ਨਹੀਂ ਹੈ। ਇਹ ਅੱਜ ਸਾਡੇ ਕੋਲ ਬਹੁਤ ਵਧੀਆ ਐਕਸਪਰਟਸ ਨੇ ਜਿਹੜੇ ਇਸ ਚੀਜ਼ ਬਾਰੇ ਰਾਏ ਦੇਣਗੇ। ਸੋ ਸਾਡੇ ਨਾਲ ਨੇ ਜਗਜੀਤ ਸਿੰਘ ਜੀ ਜੋ ਕਿ ਡਾਇਰੈਕਟਰ ਨੇ ਮਿਡਵੇ ਦੇ, ਵਿਸ਼ੇਸ਼ ਤੌਰ ਤੇ ਆਏ ਨੇ 5 ਅਪ੍ਰੈਲ, 6 ਤੇ 9 ਅਪ੍ਰੈਲ ਦੇ ਜਿਹੜੇ ਸੈਮੀਨਾਰ ਹੋ ਰਹੇ ਨੇ, ਐਜੂਕੇਸ਼ਨ ਫੇਜ਼ ਹੋ ਰਹੇ ਨੇ, ਜਿਨ੍ਹਾਂ ਦੇ ਵਿੱਚ ਵਿਸ਼ੇਸ਼ ਤੌਰ 'ਤੇ NZSA ਮੈਂਬਰ, ਬਹੁਤ ਸਾਰੀਆਂ ਜਿਹੜੀਆਂ ਉੱਥੋਂ ਦੀਆਂ ਐਜੂਕੇਸ਼ਨ ਬੋਡੀਜ਼ ਨੇ ਉਹ ਸਾਰੀਆਂ ਉੱਥੇ ਪਹੁੰਚ ਰਹੀਆਂ ਨੇ। ਇਸ ਚੀਜ਼ ਨੂੰ ਲੈ ਕੇ ਸਾਰਾ ਜਿਹੜਾ ਸ਼ੋਅ ਔਰਗਨਾਈਜ਼ ਕੀਤਾ, ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਅਧੂਰੀ ਰਹਿ ਗਈ ਹੈ ਜਾਂ ਕੁਛ ਕੋਈ ਵਧੇਰੇ ਜਾਣਕਾਰੀ ਲੈਣੀ ਚਾਹੁੰਦੇ, ਮਿਡਵੇ ਦੇ ਨੰਬਰ ਫਲੈਸ਼ ਕੀਤਾ ਜਾ ਰਹੇ ਨੇ, ਸ਼ੋਅ ਦੁਆਰਾ ਦੇਖਣਾ ਚਾਹੁੰਦੇ ਕੱਲ੍ਹ 4:45 ਤੋਂ 5 ਦੇ ਫਿਰ ਸ਼ੋਅ ਜਿਹੜਾ ਹੈਗਾ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਅਗਲਾ ਜਿਹੜਾ ਮੇਰਾ ਪੁਆਇੰਟ ਸੀਗਾ ਕਿ ਪੰਜਾਬ ਦੇ ਵਿੱਚ ਪਤਾ ਨਹੀਂ ਤਾਂ ਇਸ ਚੀਜ਼ ਦੀ ਨੌਲੇਜ ਨਹੀਂ ਹੈ, ਜਾਂ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਉਹਨੂੰ ਪਤਾ ਨਹੀਂ ਹੁੰਦਾ ਕਿ ਉਹ ਨੈਗੇਟਿਵ ਪੁਆਇੰਟ ਹੀ ਦੱਸਦਾ। ਬਿਜ਼ਨਸ ਤੇ ਆਈਟੀ ਕੋਰਸ ਦੀ ਹਮੇਸ਼ਾ ਹੀ ਗੱਲ ਹੁੰਦੀ ਹੈ ਕਿ ਜੋਬ ਨਹੀਂ ਹੈ, ਸਕੋਪ ਨਹੀਂ ਹੈ। ਆਈਟੀ ਦਾ ਮੈਂ ਤੁਹਾਨੂੰ ਮੇਰਾ ਆਪਣਾ ਜਿਹੜਾ ਫੀਡਬੈਕ ਮੈਂ ਤੁਹਾਨੂੰ ਦੱਸਣਾ, ਆਈਟੀ ਦੇ ਮੈਂ ਜਿੰਨੇ ਵੀ ਬੱਚੇ ਸਾਡੇ ਥਰੂ ਗਏ ਨੇ, ਮੈਂ ਤੁਹਾਨੂੰ ਗਾਰੰਟੀ ਨਾਲ ਕਹਿ ਸਕਦਾ 90% ਬੱਚਿਆਂ ਨੂੰ ਉੱਥੇ ਜੋਬ ਮਿਲ ਗਈ ਹੈ। ਆਈਟੀ ਜਿੰਨੀ ਵੱਡੀ ਕੰਪਨੀਜ਼ ਆ ਇੰਡੀਆ ਦੀ, ਤੁਸੀਂ ਨਾਮ ਸੁਣਿਆ ਹੋਣਾ HCL ਆ, IBM ਆ, ਫੁਜਿਸੂ ਆ, ਇਹ ਸਭ ਦੇ ਆਪਣੇ ਉੱਥੇ ਕੈਂਪਸਿਸ ਹੈਗੇ ਨੇ ਆਕਲੈਂਡ ਵਿੱਚ, ਸਭ ਦੇ ਕੈਂਪਸਿਸ ਹੈਗੇ, ਸਭ ਨੇ ਆਫਸ਼ੋਰ ਕੈਂਪਸਿਸ ਖੋਲੇ ਨੇ। ਫੋਰ ਐਗਜ਼ਾਮਪਲ ਇੱਕ ਇੰਸਟੀਟਿਊਟ ਉੱਥੇ ਬਹੁਤ ਪਾਪੂਲਰ ਇੰਸਟੀਟਿਊਟ ਆ ਨਿਊਜ਼ੀਲੈਂਡ ਦਾ, ਯੂਨੀਟੈਕ ਕਰਕੇ, ਯੂਨੀਟੈਕ ਇੰਸਟੀਟਿਊਟ ਆਫ ਟੈਕਨੋਲੋਜੀ, ਜਿਹੜਾ ਗਵਰਨਮੈਂਟ ਪੋਲੀਟੈਕਨਿਕ ਆ, ਉਹਦਾ ਜਿਹੜਾ ਕੈਂਪਸ ਆ ਉਹਦੇ ਵਿੱਚ ਹੀ IBM ਆ, IBM ਦਾ ਜਿਹੜਾ ਸੈਂਟਰ ਆ ਉਹ ਯੂਨੀਟੈਕ ਕੈਂਪਸ 'ਚ ਹੀ ਹੈ, ਔਰ ਉਹਨਾਂ ਦਾ ਟਾਈਅਪ ਆ। ਜਿਹੜਾ ਸਟੂਡੈਂਟ ਉੱਥੇ ਗ੍ਰੈਜੂਏਟ ਡਿਪਲੋਮਾ ਇਨ ਆਈ ਟੀ ਕਰੇਗਾ, ਕੰਪਿਊਟਿੰਗ ਕਰੇਗਾ, ਜਾਂ ਪੀਜੀ ਡਿਪਲੋਮਾ ਇਨ ਕੰਪਿਊਟਿੰਗ ਕਰੇਗਾ, ਉਹਦੇ ਵਾਸਤੇ ਬਹੁਤ ਅੱਛੀ ਓਪਰਚੁਨਿਟੀ ਆ, ਉੱਥੇ ਹੀ ਹੋ ਜਾਵੇ, IBM ਤੇ ਜੋਬ ਹੋ ਜਾਵੇ। ਆਈਟੀ ਕੰਪਨੀਜ਼ ਹੋਰ ਫੁਜਿਸੂ ਆ ਜਿਵੇਂ ਦੱਸਿਆ, ਮਤਲਬ ਇੱਥੇ ਜਿਹੜੀ ਇੱਕ ਨੈਗੇਟਿਵ ਮਾਰਕੀਟਿੰਗ ਹੈ ਕਿਉਂ ਹੁੰਦੀ ਹੈ ਕਿ ਨੌਲੇਜ ਨਹੀਂ ਹੈ ਜਾਂ ਸਾਡੇ ਕੋਲ ਪ੍ਰੋਡਕਟ ਨਹੀਂ ਹੈ? ਮੈਨੂੰ ਲੱਗਦਾ ਕਿ ਸਪੈਸਿਫਿਕ ਕੋਰਸਸ ਨੂੰ ਪ੍ਰੋਮੋਟ ਕਰਨ ਵਾਸਤੇ, ਜਾਂ ਕਈ ਕਾਲਜ ਉਹਨਾਂ ਨੂੰ ਜਿਨ੍ਹਾਂ ਨਾਲ ਉਹਨਾਂ ਦਾ ਅੱਛਾ ਲਿੰਕ ਆ, ਕਈ ਕਾਲਜਸ ਦਾ ਹੁਣ ਹਰ ਕਾਲਜ ਦਾ ਆਪਣਾ ਇੱਕ ਲਿੰਕ ਹੈ ਬਣਿਆ ਹੈ ਏਜੰਟਾਂ ਨਾਲ, ਉਹ ਬਈ ਤੂੰ ਇੰਨੇ 50 ਸਟੂਡੈਂਟ ਦੇ ਦੇ ਜਾਂ 100 ਸਟੂਡੈਂਟ ਦੇ ਦੇ, ਤੇਰਾ ਇੰਨਾ ਇਨਸੈਂਟਿਵ ਆ। ਇਹ ਸਭ ਚੱਕਰਾਂ 'ਚ ਮੈਨੂੰ ਲੱਗਦਾ ਹੈ ਕਿ ਜਿਹੜੇ ਅੱਛੇ ਕੋਰਸਿਸ ਆ, ਪਰਟੀਕੁਲਰਲੀ ਅੱਛੇ ਕੋਰਸਿਸ ਆ, ਔਰ ਅੱਛੇ ਸਟੂਡੈਂਟਸ ਨੂੰ ਮੋਟੀਵੇਟ ਨਹੀਂ ਕਰਿਆ ਜਾਂਦਾ ਕਿ ਅੱਛੇ ਕੋਰਸਿਸ ਤੇ ਜਾਓ ਕਰਕੇ, ਠੀਕ ਹੈ? ਬਿਲਕੁਲ, ਇੱਕ ਪੁਆਇੰਟ ਹੈ। ਹਾਂਜੀ, ਤਾਂ ਮੇਨ ਜਿਹੜਾ NZSA ਅਸੀਂ ਬਣੇ ਜਾਂ ਮਿਡਵੇ ਆ, ਸਾਡਾ ਜਿਹੜਾ ਮੇਨ ਪ੍ਰਿੰਸੀਪਲ ਰਿਹਾ ਸ਼ੁਰੂ ਤੋਂ ਹੀ, ਔਰ ਮੇਰੀ ਜਿਹੜੀ ਐਥਿਕਸ ਰਹੀ ਹੈ, ਸਾਰੇ ਜਿਹੜੇ ਕਾਉਂਸਲਰਸ ਜਿੰਨੇ ਵੀ ਆਫਿਸਿਸ ਹੈਗੇ ਨੇ ਆਲ ਓਵਰ ਇੰਡੀਆ 'ਚ, ਪੰਜਾਬ ਤੋਂ ਲੈ ਕੇ ਵਿਜੈਵਾੜਾ ਹੈ, ਆਂਧਰਾ 'ਚ ਹੈ, ਹੋਰ ਵੀ ਜਿਹੜੇ ਜੈਪੁਰ ਆਫਿਸ ਆ, ਮੈਂ ਸਭ ਤੋਂ ਪਹਿਲਾਂ ਜਿਹੜਾ ਰਿਕੁਆਇਰਮੈਂਟ ਹੁੰਦੀ ਹੈ ਕਿ ਕਾਉਂਸਲਰਸ ਟ੍ਰੇਨਡ ਹੁੰਦੇ ਨੇ 1 ਮਹੀਨੇ ਤੱਕ, ਔਰ ਸਾਰੇ ਕਾਉਂਸਲਰਸ ਮੇਰੇ ਡਾਇਰੈਕਟ ਰਿਪੋਰਟਿੰਗ ਤੇ ਹੁੰਦੇ ਨੇ, ਚਾਹੇ ਸਕਾਈਪ ਤੇ ਹੋਣ, ਚਾਹੇ ਫੋਨ ਤੇ ਹੋਣ, ਚਾਹੇ ਇਧਰ ਉਧਰ ਹੁੰਦੇ। ਸਾਰੀ ਐਪਲੀਕੇਸ਼ਨ ਜਿਹੜੀ ਪ੍ਰੋਸੈਸ ਹੁੰਦੀ ਹੈ, ਇੰਕਲੂਡਿੰਗ ਆਫਰ ਲੈਟਰ, ਸਟਾਰਟਿੰਗ ਫਰੋਮ ਆਫਰ ਲੈਟਰ, ਇਟ ਹੈਜ਼ ਟੂ ਬੀ ਡਿਸਕਸਡ ਵਿਦ ਮੀ, ਮਤਲਬ ਮੇਰੇ ਤੋਂ ਪਹਿਲਾਂ ਪ੍ਰੋਫਾਈਲ ਡਿਸਕਸ ਹੁੰਦਾ, ਉਹਦੇ ਬਾਅਦ ਹੀ ਉਹਦੀ ਆਫਰ ਲੈਟਰ ਸ਼ੁਰੂ ਹੁੰਦੀ। ਇਹ ਨਹੀਂ ਕਿ ਤੁਸੀਂ ਡਾਕੂਮੈਂਟ ਮੰਗਾ ਲਿਆ, ਆਫਰ ਮੰਗਾ ਲਿਆ 50 ਕਾਲਜਾਂ ਤੋਂ, ਪਤਾ ਹੀ ਨਹੀਂ ਹੈ ਭੇਜਣਾ ਕਿੱਥੇ ਹੈ, ਉਹ ਬਾਅਦ 'ਚ ਸਟੂਡੈਂਟ ਨੂੰ ਘੁਮਾਉਂਦੇ ਫਿਰੇ ਇੱਧਰ ਉੱਧਰ 1-2 ਮਹੀਨਾ, ਸ਼ੁਰੂ ਤੋਂ ਹੀ ਅਸੈਸਮੈਂਟ ਕਰਕੇ ਫਸਟ ਲੈਵਲ 'ਤੇ ਹੀ ਅਸੀਂ ਸਟੂਡੈਂਟ ਨੂੰ ਦੱਸ ਦਿੰਦੇ ਇਹ ਤੇਰਾ ਪ੍ਰੋਫਾਈਲ ਆ, ਇਹ ਤੈਨੂੰ ਕੋਰਸ ਕਰਨਾ ਚਾਹੀਦਾ, ਇਹਦੇ ਤੇਰੀ ਫਿਊਚਰ ਆ, ਇਹ ਸਭ ਕੁਝ ਆ। ਜੀ ਜਗਜੀਤ ਜੀ, ਚੱਲਦੇ ਚੱਲਦੇ ਇੱਕ ਚੀਜ਼ ਜ਼ਰੂਰ ਪੁੱਛਣੀ ਚਾਹੂੰਗਾ, ਤਰਜ਼ੇ ਜ਼ਿੰਦਗੀ ਜਿਹੜੀ ਹੈਗੀ, ਜ਼ਿੰਦਗੀ ਜਿਉਣ ਦਾ ਸਲੀਕਾ ਜਾਂ ਜ਼ਿੰਦਗੀ ਜਿਹੜੀ ਇੱਕ ਬਹੁਤ ਵਧੀਆ ਹੈ ਨਿਊਜ਼ੀਲੈਂਡ ਦੇ ਵਿੱਚ, ਕੋਈ ਦੋ ਰਾਮਾ ਨਹੀਂ, ਉਹਨੂੰ ਜੰਨਤ ਵੀ ਕਿਹਾ ਜਾਂਦਾ, ਤੁਸੀਂ ਵਿਜ਼ਿਟ ਕੀਤਾ, ਵਿਜ਼ਿਟ ਕੀਤਾ, ਮੈਂ ਖੁਦ ਇਸ ਚੀਜ਼ ਦਾ ਆਪ ਸ਼ਾਦੀ ਭਰਦਾ ਇਸ ਚੀਜ਼ ਦੀ। ਪਰ ਜਿਹੜੀ ਇੱਕ ਦੁਖਾਂਤ ਹੈ ਕਿ ਜਿਹੜੇ ਲੋਕ ਅੱਖਾਂ ਦੇ ਵਿੱਚ ਸੁਪਨਾ ਲੈ ਲੈਂਦੇ ਸਾਡੇ ਵਿਦਿਆਰਥੀ, ਉਹਨਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ। ਸੋ ਮੈਂ ਤੁਹਾਡੇ ਤੋਂ ਚੱਲਦੇ ਚੱਲਦੇ ਸਿਰਫ ਇੱਕੋ ਹੀ ਰਾਏ ਲੈਣੀ ਚਾਹੂੰਗਾ, ਜਿਹੜਾ ਵਿਦਿਆਰਥੀ ਨਿਊਜ਼ੀਲੈਂਡ ਜਾਣ ਦਾ ਚਾਹਵਾਨ ਹੈ ਕਿਸੇ ਵੀ ਕੋਰਸ ਦੇ ਵਿੱਚ, ਕਿਸੇ ਵੀ ਲੈਵਲ ਦੇ ਵਿੱਚ, ਕਿਸੇ ਵੀ ਕਾਲਜ ਦੇ ਵਿੱਚ, ਪਹਿਲਾਂ ਉਹਨੇ ਚੂਜ਼ ਕਰ ਲਿਆ ਕੰਟਰੀ, ਫਿਰ ਉਹਨੇ ਚੂਜ਼ ਕਰਨਾ ਹੈ ਆਪਣਾ ਏਜੰਟ ਜਿਹਨੂੰ ਅਸੀਂ ਕੰਸਲਟੈਂਟਸ ਕਹਿੰਦੇ ਹਾਂ, ਫਿਰ ਉਹਨੇ ਕਾਲਜ ਚੂਜ਼ ਕਰਨਾ, ਫਿਰ ਉਹਨੇ ਕੋਰਸ ਚੂਜ਼ ਕਰਨਾ। ਕੀ ਟਿਪਸ ਦੇਣੀ ਚਾਹੁੰਦੇ ਕਿ ਵਿਦਿਆਰਥੀ ਗੁੰਮਰਾਹ ਨਾ ਹੋਵੇ, ਇੱਕ ਸਰਲ ਤਰੀਕੇ ਨਾਲ ਉੱਥੇ
ਨਿਊਜ਼ੀਲੈਂਡ ਕੰਸਲਟੈਂਟ ਪਾ ਦੇਣ, ਐਜੂਕੇਸ਼ਨ ਨਿਊਜ਼ੀਲੈਂਡ ਐਜੂਕੇਟਡ ਡੋਟ ਕਾਮ ਪਾ ਦੇਣ, ਇੱਕ ਲਾਈਨ ਨਹੀਂ ਪਾ ਸਕਦੇ ਉਹਦੇ ਗੂਗਲ 'ਚ ਸਰਚ ਮਾਰ ਕੇ ਦੇਖ ਲੈਣ ਕਿ ਕਿਹੜੇ ਏਜੰਟਸ ਆ ਜਿਹੜੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਔਰ ਐਜੂਕੇਸ਼ਨ ਨਿਊਜ਼ੀਲੈਂਡ ਨੇ ਅਪੁਆਇੰਟ ਕੀਤੇ, ਕਿਉਂ ਇੱਧਰ ਉੱਧਰ ਧੱਕੇ ਖਾਂਦੇ ਫਿਰਦੇ, ਔਰ ਜਿਹੜੇ ਐਨਜੇਡੀਸੀ ਮੈਂਬਰਸ, ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਚਾਰਜ ਕਰਦਾ ਹੋਏਗਾ। ਮੈਕਸੀਮਮ ਅਗਰ ਚਾਰਜ ਵੀ ਕਰਦੇ ਹੋ 8-10 ਹਜ਼ਾਰ ਰੁਪਏ ਕਰਦੇ ਹੋਣਗੇ ਕੋਈ, ਅਸੀਂ ਤਾਂ ਵੈਸੇ ਪ੍ਰਿੰਸੀਪਲ ਜਿਹੜਾ ਸਾਡੀ ਪਾਲਿਸੀ ਹੈ ਵੀ ਵਰਕ ਔਨ ਨੋ ਪ੍ਰੋਸੈਸਿੰਗ ਫੀ ਪਾਲਿਸੀ, ਬਟ ਮੈਨੂੰ ਲੱਗਦਾ ਹੋਰ ਵੀ ਜਿਹੜੇ ਐਨਜੇਡੀਸੀ ਆ ਉਹ ਪ੍ਰੋਸੈਸਿੰਗ ਫੀ ਕੋਈ ਚਾਰਜ ਕਰਦਾ। ਤਾਂ ਇਹ ਸਭ ਚੀਜ਼ਾਂ ਜਦ ਓਪਰਚੁਨਿਟੀ ਹੈ ਉਹਨੂੰ ਇਨਕੈਸ਼ ਕਿਉਂ ਨਹੀਂ ਕਰਦੇ? ਨਹੀਂ ਕਰਦੇ ਬਿਲਕੁਲ, ਉਹਨੂੰ ਇਨਕੈਸ਼ ਕਰੋ, ਉਹਨੂੰ ਉਹਨਾਂ ਦੀ ਜ਼ਿੰਮੇਵਾਰੀ ਵੀ ਹੈ। ਜਿਵੇਂ ਮੈਂ ਤੁਹਾਨੂੰ ਪਹਿਲੇ ਪੁਆਇੰਟ ਤੇ ਦੱਸਿਆ, ਹੁਣ ਫੋਰ ਐਗਜ਼ਾਮਪਲ ਅਗਰ ਮੈਂ ਟੌਪ 10 ਤੇ ਸਿਲੈਕਟ ਹੋਇਆ, ਮੇਰੀ ਜ਼ਿੰਮੇਵਾਰੀ ਹੈ, ਮੈਂ ਖੁਸ਼ ਹਾਂ, ਅਸੀਂ ਵੀ ਆਰ ਵੈਰੀ ਐਕਸਾਈਟਡ ਔਨ ਦਿਸ, ਬਟ ਸਾਡੀ ਇੱਕ ਜ਼ਿੰਮੇਵਾਰੀ ਵੀ ਇਮੀਗ੍ਰੇਸ਼ਨ ਨੇ ਪਾਤੀ ਕਿ ਭਈਆ ਤੁਸੀਂ ਹੁਣ ਅੱਗੇ ਅਗਰ ਰਹਿਣਾ ਹੈ ਜਾਂ ਤੁਹਾਡੀ ਮੇਨਟੇਨ ਕਰੋ ਇਹਨੂੰ। ਸੋ ਉਹਦੀ ਰਿਸਪੋਂਸਿਬਿਲਿਟੀ ਵਾਸਤੇ ਮੈਂ ਹਮੇਸ਼ਾ ਰਾਈਟ ਗਾਈਡੈਂਸ ਕਰਾਂਗਾ। ਮੈਂ ਇਹ ਕੋਸ਼ਿਸ਼ ਕਰਾਂਗਾ ਕਿ ਅਗਰ ਫਾਈਲ ਮੈਂ ਲੈ ਰਿਹਾ ਤਾਂ ਇਟ ਹੈਜ਼ ਚਾਂਸਿਸ ਆਫ ਗੈਟਿੰਗ ਏ ਵੀਜ਼ਾ ਇਨ ਨਿਊਜ਼ੀਲੈਂਡ, ਯੂ ਨੋ। ਇਹੋ ਜਿਹਾ ਕੋਈ ਐਪਲੀਕੇਸ਼ਨ ਮੈਂ ਪਿੱਕ ਹੀ ਨਹੀਂ ਕਰਾਂਗਾ। ਜਿਵੇਂ ਮੈਂ ਕਿਹਾ ਕਿ ਪਹਿਲੇ ਦਿਨ ਤੋਂ ਐਪਲੀਕੇਸ਼ਨ ਮੇਰੇ ਤੋਂ ਡਿਸਕਸ ਹੁੰਦੀ ਹੈ, ਪਹਿਲੇ ਦਿਨ ਤੋਂ ਅਗਰ ਮੈਨੂੰ ਨਹੀਂ ਲੱਗਿਆ, ਅਸੀਂ ਐਪਲੀਕੇਸ਼ਨ ਉੱਥੇ ਹੀ ਬੰਦ ਕਰ ਦਿੰਦੇ ਕਿ ਸਟੂਡੈਂਟ ਨੂੰ ਅਸੀਂ ਇਹ ਕਹਿ ਦਿੰਦੇ ਹਾਂ ਕਿ ਤੇਰਾ ਜਿਹੜਾ ਪ੍ਰੋਫਾਈਲ ਆ ਇਟ ਡਜ਼ਨਟ ਸੂਟ ਟੂ ਬੀ ਫੋਰ ਨਿਊਜ਼ੀਲੈਂਡ। ਐਕਚੁਅਲੀ ਅਸੀਂ ਹੋਰ ਕੰਟਰੀ 'ਚ ਟਰਾਈ ਕਰ ਸਕਦੇ ਹੋ, ਨਿਊਜ਼ੀਲੈਂਡ ਵਾਸਤੇ ਸਾਨੂੰ ਨਹੀਂ ਲੱਗਦਾ ਕਿ ਇਹ ਪ੍ਰੋਫਾਈਲ, ਇਹ ਨਹੀਂ ਕਿ ਅਸੀਂ ਟ੍ਰਾਇਲ ਬੇਸਿਸ ਤੇ 50 ਪਾਤੇ ਬਈ 10 ਵੀਜ਼ਾ ਹੋ ਗਿਆ ਸਾਡਾ ਕੀ ਜਾ ਰਿਹਾ, ਸਾਡਾ ਤਾਂ ਕੁਛ ਨਹੀਂ ਜਾ ਰਿਹਾ ਇਹਦੇ ਵਿੱਚ। ਬਿਲਕੁਲ, ਸਾਡਾ ਤਾਂ ਕੁਛ ਸਟੂਡੈਂਟ ਦਾ ਨੁਕਸਾਨ ਹੋਏਗਾ, ਉਹਦੀ ਰਿਫਿਊਜ਼ਲ ਲੱਗਣੀ ਹੈ, ਉਹਦੇ ਪੈਸੇ ਖਰਚ ਹੋਣੇ, ਨੁਕਸਾਨ ਹੋਦਾ ਸਕਦਾ ਉਹਦਾ ਹੀ ਹੈ। ਥੈਂਕ ਯੂ ਜੀ, ਮਿਹਰਬਾਨੀ, ਸ਼ੁਕਰੀਆ। ਤੁਸੀਂ ਵਿਸ਼ੇਸ਼ ਤੌਰ ਤੇ ਦਿੱਲੀ ਤੋਂ ਚੱਲ ਕੇ ਸਾਡੇ ਸਟੂਡੀਓ ਦੇ ਵਿੱਚ ਆਏ, ਸਾਡੇ ਨਾਲ ਸੀਗੇ ਜਗਜੀਤ ਸਿੰਘ ਜੀ ਜੋ ਡਾਇਰੈਕਟਰ ਨੇ ਮਿਡਵੇ ਦੇ। ਸ਼ੋਅ ਤੁਸੀਂ ਦੇਖਣਾ ਚਾਹੁੰਦੇ ਕੱਲ੍ਹ 4:45 ਤੋਂ 5:15 ਤੱਕ ਇਹੀ ਸ਼ੋਅ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਇੱਕ ਵਾਰੀ ਫਿਰ ਹਾਜ਼ਰ ਹੋਵਾਂਗੇ 5, 6 ਅਤੇ 9 ਤਰੀਕ ਨੂੰ, ਜਿਹੜੇ ਅਪ੍ਰੈਲ ਦੇ ਵਿੱਚ ਜਿਹੜੇ ਐਜੂਕੇਸ਼ਨ ਫੇਜ਼ ਹੋ ਰਹੇ ਨੇ 5 ਦਾ ਵਿਸ਼ੇਸ਼ ਤੌਰ ਤੇ, ਜਿਹਦੇ ਵਿੱਚ ਸਾਰੇ ਐਨਜ਼ੈਡਐਸਏ ਮੈਂਬਰ, ਆਪ, ਅੰਬੈਸੀ, ਐਜੂਕੇਸ਼ਨ ਡਿਪਾਰਟਮੈਂਟ ਸ਼ਿਰਕਤ ਕਰ ਰਿਹਾ। ਸੋ ਪੰਜਾਬ ਹੀ ਨਹੀਂ, ਮੈਂ ਕਹੂੰਗਾ ਵੱਖ ਵੱਖ ਸੂਬਿਆਂ ਦੇ ਜਿਹੜੇ ਵਿਦਿਆਰਥੀ ਨੇ ਉਹ ਵੀ ਇਸ ਪ੍ਰੋਗਰਾਮ ਦੇ ਵਿੱਚ ਭਾਗ ਲੈ ਕੇ ਡਿਟੇਲ ਦੇ ਵਿੱਚ ਜਾਣਕਾਰੀ ਲੈ ਸਕਦੇ ਨੇ, ਸਪੋਸ ਕੇਸ ਨੂੰ ਲੈ ਕੇ, ਵਿਦ ਆਇਲਟਸ, ਵਿਦਆਊਟ ਆਇਲਟਸ, ਕੋਰਸ ਨੂੰ ਲੈ ਕੇ, ਜੋਬ ਨੂੰ ਲੈ ਕੇ, ਪੀਐਸਡਬਲਿਊ ਨੂੰ ਲੈ ਕੇ, ਪੀਆਰ ਨੂੰ ਲੈ ਕੇ, ਹਰ ਤਰ੍ਹਾਂ ਦਾ ਜਿਹੜਾ ਤੁਹਾਡਾ ਸਵਾਲ ਦਾ ਜਵਾਬ ਹੈ ਅੰਬੈਸੀ ਖੁਦ ਬੈਠੇਗੀ ਜੀ, ਤੁਹਾਡੇ ਸਵਾਲਾਂ ਦਾ ਜਵਾਬ ਦੇਊਗੀ। ਸੋ ਦੂਜੀ ਗੱਲ ਇਹ ਫਖਰ ਵਾਲੀ ਹੈ ਕਿ ਐਜੂਕੇਸ਼ਨ, ਆਪਣੀ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਲਈ ਕਿੰਨੀ ਜ਼ਿਆਦਾ ਉਤਾਵਲੀ ਹੈ ਕਿ ਆਪ ਖੁਦ ਚੱਲ ਕੇ ਵੱਖ ਵੱਖ ਦੇਸ਼ਾਂ ਦੇ ਵਿੱਚ ਜਾ ਰਹੀ ਹੈ, ਉਹਨਾਂ ਲਈ ਇਹ ਕਿਸੇ ਤਰ੍ਹਾਂ ਦਾ ਕੋਈ ਕਾਰੋਬਾਰ ਨਹੀਂ ਹੈ, ਉਹਨਾਂ ਲਈ ਇੱਕ ਐਜੂਕੇਸ਼ਨ ਜਿਹੜੀ ਹੈਗੀ ਇੱਕ ਬਹੁਤ ਵੱਡੇ ਪੱਧਰ 'ਤੇ ਉਹ ਚੀਜ਼ ਹੈ ਜਿਹਦੀ ਅਵੇਅਰਨੈਸ ਨੂੰ ਲੈ ਕੇ ਖੁਦ ਆਪ ਇਨਵੈਸਟਮੈਂਟ ਕਰ ਰਹੇ ਨੇ। ਸੋ ਬਹੁਤ ਮਿਹਰਬਾਨੀ ਹੈ, ਸ਼ੁਕਰੀਆ ਇੱਕ ਵਾਰੀ ਫਿਰ ਮਿਡਵੇ ਦੀ ਸਮੁੱਚੀ ਟੀਮ ਦਾ, ਜਿਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਚੰਗੀਆਂ ਚੰਗੀਆਂ ਅਨਾਊਂਸਮੈਂਟਸ ਕੀਤੀਆਂ ਨੇ ਅਤੇ ਉਹਨਾਂ ਨੂੰ ਟੌਪ 10 ਦੇ ਵਿੱਚ ਸ਼ਾਮਲ ਹੋਣ ਲਈ ਟੋਟਲੀ ਜਿਹੜੀ ਉਹਨਾਂ ਦੀ ਟੀਮ ਹੈ ਉਹ ਵੀ ਵਧਾਈ ਦੀ ਪਾਤਰ ਹੈ। ਇੱਕ ਵਾਰੀ ਫਿਰ ਦਰਸ਼ਕਾਂ ਨੂੰ ਦੱਸ ਦੇ ਕਿ 4:45 ਤੋਂ 5:15 ਤੱਕ ਹਾਜ਼ਰ ਹੋਵਾਂਗੇ ਚੱਲਦੇ ਸ਼ੋਅ ਦੇ ਦੌਰਾਨ, ਜਾਂ ਉਸ ਸ਼ੋਅ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਕੋਈ ਮਨ ਦੇ ਵਿੱਚ ਸਵਾਲ ਹੈਗਾ, ਮਿਡਵੇ ਦੇ ਨੰਬਰ ਫਲੈਸ਼ ਕੀਤੇ ਜਿਹੜੇ ਨੇ ਉਹਨਾਂ ਦੇ ਉੱਪਰ ਕੰਟੈਕਟ ਕਰਕੇ ਅਪੁਆਇੰਟਮੈਂਟਸ ਨੂੰ ਲੈ ਕੇ ਕਿਸੇ ਵੀ ਸਵਾਲ ਨੂੰ ਲੈ ਕੇ ਤੁਸੀਂ ਉਹਨਾਂ ਦੇ ਨਾਲ ਆਪਣਾ ਰਾਬਤਾ ਕਾਇਮ ਕਰ ਸਕਦੇ। ਹੁਣ ਆਪਣੇ ਦੋਸਤ ਰਣਵੀਰ ਸਿੰਘ ਨੂੰ ਅੱਗੇ ਦੇ, ਧੰਨਵਾਦ, ਸਤਿ ਸ਼੍ਰੀ ਅਕਾਲ।